ਜ਼ਮੀਨ ਵਿਕ ਗਈ ਘਰ ਵੀ ਵਿਕਿਆ ਜੱਟ ਫਿਰ ਵੀ ਕਰਜ਼ੇ ਥੱਲੇ। ਜ਼ਮੀਨ ਵਿਕ ਗਈ ਘਰ ਵੀ ਵਿਕਿਆ ਜੱਟ ਫਿਰ ਵੀ ਕਰਜ਼ੇ ਥੱਲੇ। ਹਿੰਮਤ ਸਿੰਘ ਨੇ ਹਿੰਮਤ ਹਾਰੀ ਆ ਗਿਆ ਗੱਡੀ ਥੱਲੇ ਅਤੇ ਲੋਕਾਂ ਕਿਹੜਾ ਘੱਟ ਗੁਜ਼ਾਰੀ ਲਾ ਲਏ ਛਾਪਾਂ ਛੱਲੇ। ਲੱਗੀ ਨਜ਼ਰ ਪੰਜਾਬ ਨੂੰ ਜਿਹਦੀ ਹੁੰਦੀ ਸੀ ਬੱਲੇ ਬੱਲੇ, ਲੱਗ ਗਈ ਨਜ਼ਰ ਪੰਜਾਬ ਨੂੰ ਜਿਹਦੀ ਹੁੰਦੀ ਸੀ ਬੱਲੇ ਬੱਲੇ। ਮੈਂ ਜੀ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲ ਕਰੀਏ ਲਾਈਵ ਸ਼ੋਅ ਦੀ, ਜਿਵੇਂ ਕਰੋਨਾ ਵਾਇਰਸ ਦੀ ਗੱਲ ਚੱਲ ਰਹੀ ਆ, ਸੋ ਬੇਨਤੀ ਕਰਦੇ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿ ਬਹੁਤ ਧਿਆਨ ਰੱਖੋ। ਕੱਲ੍ਹ ਸਾਡੇ ਕਾਲਰ ਸਾਹਿਬ ਕਹਿੰਦੇ ਸੀ ਵੀ ਤੁਹਾਨੂੰ ਹੋਰ ਗੱਲ ਕਰਨੀ ਚਾਹੀਦੀ ਹੈ, ਸੋ ਸਾਰੀਆਂ ਗੱਲਾਂ ਨਾਲੋਂ ਨਾਲ ਚੱਲਦੀਆਂ ਹੁੰਦੀਆਂ। ਇੱਥੋਂ ਤੱਕ ਕਿ ਅਗਰ ਅਸੀਂ ਕਲਾਕਾਰਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਈ ਵਾਰੀ ਘਰ ਕੋਈ ਡੈੱਡ ਬੋਡੀ ਵੀ ਪਈ ਹੋ ਸਕਦੀ ਹੈ ਅਤੇ ਅਸੀਂ ਸਟੇਜ 'ਤੇ ਪਰਫੋਰਮ ਕਰਦੇ ਵੀ ਹੋ ਸਕਦੇ ਹਾਂ। ਇਹ ਚੀਜ਼ ਜ਼ਿੰਦਗੀ ਦੇ ਨਾਲ ਨਾਲ ਚੱਲਦੀ ਹੈ, ਸ਼ੋਅ ਮਸਟ ਗੋ ਔਨ। ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ, ਚੰਗਾ ਸਮਾਂ ਮਾੜਾ ਸਮਾਂ ਆਉਂਦਾ ਰਹਿਣਾ, ਲੋੜ ਹੈ ਸਾਨੂੰ ਉਸ ਸਮੇਂ ਦਾ ਸਾਹਮਣਾ ਕਰਨ ਦੀ। ਸੋ ਕਿਵੇਂ ਸਾਹਮਣਾ ਕਰਦੇ ਹਾਂ, ਆਪਾਂ ਪੈਨਿਕ ਹੋ ਕੇ ਕਰਦੇ ਹਾਂ ਜਾਂ ਆਰਾਮ ਨਾਲ ਕਰਦੇ ਹਾਂ, ਉਹ ਸਾਡੇ 'ਤੇ ਡਿਪੈਂਡ ਕਰਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਮੇਲ ਬੋਕਸ ਹੁੰਦਾ ਉਹਦੀ ਗੱਲ ਕਰੀ ਦੀ ਹੈ, ਪਰ ਉਸ ਤੋਂ ਵੀ ਪਹਿਲਾਂ ਮੈਂ ਇੱਕ ਜ਼ਰੂਰ ਦੁੱਖ ਜ਼ਾਹਰ ਕਰਨਾ ਚਾਹੁੰਦਾ ਸਾਡੇ ਦਰਸ਼ਕਾਂ ਦੇ ਨਾਲ ਕਿ ਇੱਕ ਪੁਰਾਣੇ ਕਲਾਕਾਰ ਜੋ ਆਪਣੇ ਸਮੇਂ ਦੇ ਹਿੱਟ ਕਲਾਕਾਰ ਸੀਗੇ, ਉਹਨਾਂ ਦੀ ਅੱਜ ਡੈੱਥ ਹੋ ਗਈ ਹੈ। ਕਰਤਾਰ ਰਮਲਾ ਬਹੁਤ ਸਾਰੇ ਲੋਕ ਜਾਣਦੇ ਹੋਣਗੇ, ਬੜੇ ਕਾਫੀ ਹਿੱਟ ਰਹੇ ਨੇ ਆਪਣੇ ਸਮੇਂ ਦੇ ਵਿੱਚ, 80 ਸਾਲ ਦੀ ਉਹਨਾਂ ਦੀ ਉਮਰ ਸੀ। ਸੋ ਇੱਕ ਕਲਾਕਾਰੀ ਜਗਤ ਦੇ ਵਿੱਚ ਇਹ ਦੁਖਦਾਈ ਖਬਰ ਹੈ ਜਿਹੜੀ ਮੈਂ ਸਮਝਦਾ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਲੈਣੀ ਚਾਹੀਦੀ ਸੀ। ਦੂਜੀ ਗੱਲ ਇਹ ਹੈ, ਉੱਡਦੀਆਂ ਖਬਰਾਂ ਦੇ ਵਿੱਚ ਅਗਰ ਗੱਲ ਕਰੀਏ, ਜਿਵੇਂ ਨਾ ਕੋਈ ਚੀਜ਼ ਹਿੱਟ ਹੁੰਦੀ ਹੈ, ਜੇ ਸ਼ੋਹਲੇ ਫਿਲਮ ਹਿੱਟ ਹੁੰਦੀ ਹੈ ਤਾਂ ਉਹਦੀ ਚਾਰ ਚੁਫੇਰੇ ਜ਼ਿਕਰ ਚੱਲਦਾ, ਕੋਈ ਚੀਜ਼ ਜ਼ਿਆਦਾ ਗੀਤ ਹਿੱਟ ਹੋ ਜਾਂਦਾ ਅਤੇ ਨਿਆਣੇ ਵੀ ਫਿਰ ਉਹੀ ਗੀਤ ਗਾਉਂਦੇ ਫਿਰਦੇ ਨੇ। ਤਾਂ ਸੋ ਅੱਜ ਕੱਲ੍ਹ ਕਰੋਨਾ ਪੂਰੀ ਦੁਨੀਆ ਦੇ ਵਿੱਚ ਹਿੱਟ ਹੈ ਅਤੇ ਪੂਰੀ ਦੁਨੀਆ ਦੇ ਵਿੱਚ ਉਹਦਾ ਹੀ ਜ਼ਿਕਰ ਚੱਲਦਾ, ਔਰ ਅਕਸਰ ਇਹ ਆਪਾਂ ਦੇਖ ਰਹੇ ਕਿ ਕਰੋਨਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਅਤੇ ਉਹਨੇ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਹਜੇ ਨੁਕਸਾਨ ਹੋ ਰਿਹਾ। ਪਰ ਸਾਨੂੰ ਜਿਹੜਾ ਪਹਿਲਾ ਸਵਾਲ ਪੁੱਛਿਆ ਕਿਸੇ ਨੇ, ਉਹਨਾਂ ਨੇ ਪੁੱਛਿਆ, ਮਨਿੰਦਰ ਕੌਰ ਜੀ ਹੈਗੇ ਨੇ ਬ੍ਰਿਸਬਨ ਆਸਟ੍ਰੇਲੀਆ ਤੋਂ, ਇਹਨਾਂ ਨੇ ਸਵਾਲ ਪੁੱਛਿਆ ਕਿ ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਬਹੁਤ ਨੁਕਸਾਨ ਕਰ ਰਿਹਾ ਹੈ, ਕੀ ਇਸ ਦਾ ਕੋਈ ਫਾਇਦਾ ਵੀ ਹੈ? ਦੱਸੋ ਜੀ, ਇਹ ਤਾਂ ਮੈਂ ਕੀ ਜਵਾਬ ਦੇਵਾਂ, ਇਹਦਾ ਕੀ ਫਾਇਦਾ ਹੋ ਸਕਦਾ ਜਿਹੜਾ ਪੂਰੀ ਦੁਨੀਆ 'ਚ ਨੁਕਸਾਨ ਕਰ ਰਿਹਾ, ਅਤੇ ਇਹਦਾ ਫਾਇਦਾ ਕਿਸੇ ਨੂੰ ਕੀ ਹੋ ਸਕਦਾ? ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਲੋਕ ਬਹਾਨੇ ਮਾਰ ਕੇ ਘਰੋਂ ਜਾਂਦੇ ਸੀਗੇ ਵੀ ਮੈਂ ਫਲਾਣੇ ਦੋਸਤ ਕੋਲੇ ਚੱਲਿਆ ਜਾਂ ਫਲਾਣੇ ਕੰਮ ਚੱਲਿਆ ਅਤੇ ਘਰੋਂ ਔਖੇ ਹੋ ਕੇ ਜਾਂਦੇ ਸੀਗੇ ਅਤੇ ਉਹਨਾਂ ਦਾ ਜਾਣਾ ਔਖਾ ਹੋ ਗਿਆ, ਅਤੇ ਹੁਣ ਘਰ ਵਾਲੀ ਜਦੇ ਪੁੱਛ ਲੈਂਦੀ ਵੀ ਕਿਹੜੀ ਮਾਂ ਕੋਲੇ ਚੱਲਿਆ, ਇਸ ਵੇਲੇ ਸਾਰਾ ਕੁਛ ਤਾਂ ਬੰਦ ਪਿਆ। ਔਰ ਇਹਦੇ 'ਚ ਹੋਰ ਜਿਹੜੇ ਬੱਚੇ ਹੈਗੇ ਨੇ, ਬੱਚੇ ਵੀ ਬਹੁਤ ਸਾਰੇ ਬਹਾਨਾ ਮਾਰ ਕੇ ਜਾਂਦੇ ਸੀ ਘਰੋਂ, ਫਲਾਣੇ ਦੋਸਤ ਕੋਲ ਚੱਲਿਆ, ਮੈਂ ਪੜ੍ਹਨ ਚੱਲਿਆ, ਉਹਦਾ ਜਿਹੜਾ ਘਰਦਿਆਂ ਨੂੰ ਫਾਇਦਾ ਹੋ ਗਿਆ। ਜਿਹੜੇ ਲੋਕ ਘਰੇ ਰਹਿੰਦੇ ਸੀ, ਜਿਹੜੇ ਲੋਕ ਬਹਾਨੇ ਮਾਰਦੇ ਸੀ, ਉਹਨਾਂ ਨੂੰ ਤਾਂ ਨੁਕਸਾਨ ਹੀ ਹੈ, ਜਿੱਥੇ ਹੋਰ ਬਹੁਤ ਸਾਰਾ ਨੁਕਸਾਨ ਆ ਉੱਥੇ ਉਹਨਾਂ ਨੂੰ ਇਹ ਵੀ ਨੁਕਸਾਨ ਆ। ਪਰ ਜਿਹੜੇ ਘਰੇ ਰਹਿੰਦੇ ਲੋਕ ਸੀ, ਜਿਹਨਾਂ ਕੋਲ ਲੋਕ ਬਹਾਨੇ ਮਾਰਦੇ ਸੀ, ਉਹਨਾਂ ਨੂੰ ਇਹ ਚੀਜ਼ ਹੋ ਗਈ। ਹੁਣ ਜਿਵੇਂ ਇੱਕ ਸੈਨੇਟਾਈਜ਼ਰ ਦੇ ਨਾਲ ਹੱਥ ਧੋਣੇ ਵਾਰ ਵਾਰ, ਤਾਂ ਕੋਈ ਬੰਦਾ ਘਰ ਦੇ ਵਿੱਚ ਵਾਰ ਵਾਰ ਮਿੰਟ ਕੁ ਬਾਅਦ ਉੱਠਿਆ ਕਰੇ ਅਤੇ ਸੈਨੇਟਾਈਜ਼ਰ ਦਾ ਹੱਥ ਬਲ ਕੇ ਤਾਂ ਫਿਰ ਬਹਿ ਜਾ ਕਰੇ ਤਾਂ ਟੀ ਵੀ ਦੇਖਣ ਲੱਗ ਪਿਆ ਕਰੇ, ਤੁਸੀਂ ਘਰ ਲਈ ਕਹਿੰਦੇ ਵੀ ਆ ਸੈਨੇਟਾਈਜ਼ਰ 'ਚੋਂ ਖਰਾਬ ਕਰੀ ਜਾਂਦਾ, ਮਿੰਟ ਬਾਅਦ ਪੰਜ ਮਿੰਟ ਬਾਅਦ ਭਾਂਡੇ ਪਏ, ਉਹ ਮਾਂਜ ਦੇ ਤੇਰੇ ਹੱਥਾਂ ਤੋਂ ਵੈਸੇ ਹੀ ਸਾਰਾ ਕੁਛ ਕੀਟਾਣੂ ਮਰ ਜਾਣੇ ਆ। ਸੋ ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਕਰੋਨਾ ਵਾਇਰਸ ਦੇ ਨਾਲ ਜੁੜੀਆਂ, ਬਹੁਤ ਸਾਰੇ ਗੀਤ ਕਰੋਨਾ ਵਾਇਰਸ ਦੇ ਨਾਲ ਆ ਗਏ ਨੇ। ਜਿੱਥੇ ਇਹ ਬਹੁਤ ਇੱਕ ਦੁਖਦਾਈ ਗੱਲਬਾਤ ਹੈਗੀ ਆ, ਉੱਥੇ ਹੀ ਲੋਕਾਂ ਨੇ ਇਹਦੇ ਵਿੱਚੋਂ ਵੀ ਕੁਛ ਨਾ ਕੁਛ ਹਾਸਾ ਮਜ਼ਾਕ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸਤਵਿੰਦਰ ਕੌਰ ਲਵਲੀ ਇਲਾਨਾ ਉਸ ਤੋਂ ਇਹਨਾਂ ਨੇ ਗੱਲ ਕੀਤੀ ਹੈ ਵੀ ਤੁਸੀਂ ਰਾਤੀ ਗੱਲ ਕਰ ਰਹੇ ਸੀ ਕਿ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ, ਅਤੇ 40-50 ਸਾਲ ਪਹਿਲਾਂ ਕੀ ਸੀ, 40-50 ਸਾਲ ਬਾਅਦ ਕੀ ਫਰਕ ਹੋਏਗਾ, ਇਹ ਗੱਲ ਕਰ ਰਹੇ ਸੀ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ, ਤੁਹਾਡੇ ਹਿਸਾਬ ਦੇ ਨਾਲ 30 ਕੁ ਸਾਲ ਪਹਿਲਾਂ ਕੀ ਸੀ ਅਤੇ ਹੁਣ ਕੀ ਫਰਕ ਹੈ? ਚਲੋ ਵੈਸੇ ਤਾਂ ਮੈਂ ਗੱਲ ਕੀਤੀ ਸੀਗੀ ਜੀ, ਗੱਲ ਕਰਦੇ ਰਹੀ, ਤਾਂ ਚਲੋ ਹੁਣ ਤੁਸੀਂ ਪੁੱਛਿਆ। ਫਿਰ ਵੀ ਮੈਂ ਜਿਹੜਾ ਫਰਕ ਮਹਿਸੂਸ ਕੀਤਾ ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ ਉਹਦੇ ਨਾਲੋਂ, ਫਿਰ ਚੰਡੀਗੜ੍ਹ ਆ ਗਿਆ ਅਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਫਰਕ ਮਹਿਸੂਸ ਕੀਤਾ, ਜਾਂ ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਉਹ ਫਰਕ ਹੈਗਾ ਮਹਿਸੂਸ ਕੀਤਾ ਪਹਿਲਾਂ ਨਾਲੋਂ। ਪਹਿਲੇ ਸਮਿਆਂ ਦੇ ਵਿੱਚ ਲੋਕ ਘਰ ਦੇ ਮੂਹਰੇ ਬਜ਼ੁਰਗ ਬੈਠਾ ਹੁੰਦਾ ਸੀਗਾ ਡਾਂਗ ਲੈ ਕੇ, ਤਾਂ ਕਿ ਕੋਈ ਕੁੱਤਾ ਅੰਦਰ ਨਾ ਆ ਜਾਏ। ਅੱਜ ਫਰਕ ਇਹ ਪੈ ਗਿਆ, ਘਰ ਦੇ ਮੂਹਰੇ ਕੁੱਤਾ ਬੰਨਿਆ ਹੁੰਦਾ ਕਿ ਕੋਈ ਬੰਦਾ ਅੰਦਰ ਨਾ ਆ ਜਾਏ, ਇਹ ਹਾਲਾਤ ਹੋ ਗਏ ਨੇ। ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਹੈਗੇ ਨੇ ਖਾਣਾ ਘਰ ਖਾਂਦੇ ਸੀ ਅਤੇ ਜੰਗਲ ਪਾਣੀ ਉਹ ਬਾਹਰ ਜਾਂਦੇ ਸੀਗੇ।
ਜਾਣੀ ਕਿ ਖਾਣਾ ਘਰ ਖਾ ਕੇ ਜੋ ਗੰਦ ਪਾਉਣਾ ਬਾਹਰ ਪਾਉਣ, ਅਤੇ ਅੱਜ ਕੱਲ੍ਹ ਖਾਣਾ ਬਾਹਰ ਖਾ ਕੇ ਆ ਕੇ ਬਾਕੀ ਦਾ ਕੰਮ ਜਿਹੜਾ ਉਹ ਘਰ ਲੋਕ ਆਮ ਤੌਰ 'ਤੇ ਕਰਦੇ ਨੇ। ਪਹਿਲਾਂ ਕਹਿੰਦੇ ਵੀ ਵਿਆਹਾਂ ਦੇ ਵਿੱਚ ਔਰਤਾਂ ਰੋਟੀ ਆਪ ਬਣਾਉਂਦੀਆਂ ਸੀ ਅਤੇ ਨੱਚਣ ਵਾਲੀਆਂ ਬਾਹਰੋਂ ਮੰਗਾਏ ਜਾਂਦੇ ਸੀ। ਅੱਜ ਕੱਲ੍ਹ ਇਹ, ਖੈਰ ਮੈਂ ਇਹਦੇ ਨਾਲ ਬੜਾ ਸਹਿਮਤ ਨਹੀਂ ਹਾਂ, ਇੰਜੋਏ ਕਰਨ ਵਾਸਤੇ ਕੁਛ ਵੀ ਹੋ ਸਕਦਾ। ਉਦੋਂ ਅਗਲਾ ਫਰਕ ਜਿਹੜਾ ਸਾਨੂੰ ਕਿਸੇ ਨੇ ਭੇਜਿਆ ਉਹ ਇਹ ਸੀ, ਪਹਿਲਾਂ ਸਾਈਕਲ ਵਾਲਾ ਗਰੀਬ ਸਮਝਿਆ ਜਾਂਦਾ ਸੀਗਾ, ਅਤੇ ਅੱਜ ਕੱਲ੍ਹ ਲੋਕ ਕਾਰ 'ਤੇ ਜਾਂਦੇ ਨੇ ਅਤੇ ਪੈਸੇ ਦੇ ਕੇ ਜਿੰਮ ਦੇ ਵਿੱਚ ਸਾਈਕਲ ਚਲਾਉਂਦੇ ਨੇ। ਸੋ ਇਹੋ ਜਿਹੇ ਹੋਰ ਹਜ਼ਾਰਾਂ ਫਰਕ ਨੇ ਜਿਹੜੇ ਮੇਰੇ ਹਿਸਾਬ ਨਾਲ ਪਏ ਨੇ। ਆਪਾਂ ਗੱਲ ਕੱਲ੍ਹ ਸਾਂਝੀ ਕਰ ਲਈ ਸੀ, ਫਿਰ ਕਿਤੇ ਇਹੋ ਜਿਹਾ ਵਿਸ਼ਾ ਜ਼ਰੂਰ ਰੱਖਾਂਗੇ। ਲਓ ਜੀ, ਅਗਲਾ ਜਿਹੜਾ ਹੈਗਾ ਜੀ, ਇਹ ਬੂਟਾ ਸਿੰਘ ਖੱਖ ਟਰਲਕ ਤੋਂ ਇਹਨਾਂ ਨੇ ਪੁੱਛਿਆ ਕਿ ਅੱਜ ਕੱਲ੍ਹ ਸਭ ਕੁਛ ਨਕਲੀ ਜਿਹਾ ਲੱਗਦਾ ਹੈ, ਇੱਥੋਂ ਤੱਕ ਕਿ ਹਾਸਾ ਵੀ ਨਕਲੀ ਲੱਗਦਾ ਹੈ। ਦੇਖੋ ਜੀ, ਅੱਜ ਕੱਲ੍ਹ ਜਿਵੇਂ ਅਸੀਂ ਹਮੇਸ਼ਾ ਗੱਲ ਕਰੀ ਦੀ ਹੈ, ਸਾਰੇ ਰਿਸ਼ਤੇ ਕਮਰਸ਼ਲਾਈਜ਼ ਹੋ ਗਏ, ਚੀਜ਼ ਇੱਥੋਂ ਤੱਕ ਹੀ ਰਹਿ ਗਈ ਕਿ ਮੈਨੂੰ ਉਹ ਤੋਂ ਕੀ ਫਾਇਦਾ, ਮੈਨੂੰ ਉਹ ਤੋਂ ਕੀ ਕੰਮ ਹੈ। ਰਿਸ਼ਤੇਦਾਰਾਂ ਦਾ ਵੀ ਇਹੀ ਰਹਿ ਗਿਆ। ਪੰਜਾਬ ਦੇ ਰਿਸ਼ਤੇਦਾਰ ਦੀ ਗੱਲ ਕਰੀਏ, ਉਹ ਵੀ ਉਦੋਂ ਕੀ ਫੋਨ ਕਰਦੇ ਜਦੋਂ ਉਹਨਾਂ ਨੂੰ ਇਹ ਹੋਵੇ ਵੀ ਪੈਸੇ ਥੋੜ੍ਹੇ ਜਿਹੇ ਭੇਜ ਦਿਓ ਜਾਂ ਕੋਈ ਜ਼ਰੂਰੀ ਕੰਮ ਆ, ਬਿਜਲੀ ਦਾ ਬਿੱਲ ਦੇਣ ਵਾਲਾ। ਇੱਧਰਲੇ ਮੁਲਕਾਂ ਦੀ ਵੀ ਗੱਲ ਕਰੀਏ, ਦਫ਼ਤਰਾਂ ਦੀ ਗੱਲ ਕਰੀਏ, ਜਾਂ ਅਸੀਂ ਜਿੱਥੇ ਕੰਮ ਕਰਦੇ ਉਹਨਾਂ ਦੀ ਗੱਲ ਕਰੀਏ, ਉਹ ਵੀ ਉਨੀ ਦੇਰ ਹੈ ਜਿੰਨੀ ਦੇਰ ਸਾਡੇ ਰਿਸ਼ਤੇ ਵੀ ਨਕਲੀ ਹੋਏ। ਹਾਸੇ ਦੀ ਆਪਾਂ ਗੱਲ ਕਰੀਏ ਤਾਂ ਹਾਸਾ ਵੀ ਤਕਰੀਬਨ ਕਾਰੋਬਾਰੀ ਜਿਹਾ ਹੀ ਹੋ ਗਿਆ। ਮਤਲਬ ਨੂੰ ਹੀ ਲੋਕ ਹੱਸਦੇ ਨੇ। ਉਹ ਕਿਸੇ ਦਫ਼ਤਰ ਦੇ ਵਿੱਚ ਇੱਕ ਬੌਸ ਨੂੰ ਬਹੁਤ ਆਦਤ ਸੀ ਜੋਕ ਸੁਣਾਉਣ ਦੀ। ਉਹਨੇ ਲੰਚ ਵੇਲੇ ਇੰਪਲਾਈ ਇਕੱਠੇ ਕਰਕੇ 15-20 ਜਿੰਨੇ ਵੀ ਹੁੰਦੇ ਸੀ, ਉਹਨੇ ਜੋਕ ਸੁਣਾਉਣਾ, ਸਾਰਿਆਂ ਨੇ ਖੁੱਲ੍ਹ ਖੁੱਲ੍ਹ ਕੇ ਹੱਸਣਾ, ਹਾ 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 ਕਰਨਾ, ਨਾਲੇ ਇੱਕ ਦੂਜੇ ਨੂੰ ਕੂਹਣੀ ਵੀ ਮਾਰਨੀ। ਇਹ ਹਜੇ 5 ਦਿਨ ਪਹਿਲਾਂ ਬੌਸ ਨੇ ਸੁਣਾਇਆ, ਅੱਜ ਫੇਰ ਸੁਣਾਈ ਜਾਂਦਾ, ਪਰ ਹੱਸੀ ਜਾਣਾ। ਉਹ ਹੱਸੀ ਜਾਂਦੇ ਸੀ। ਇੱਕ ਦਿਨ ਉਹਨੇ ਜੋਕ ਸੁਣਾਇਆ ਅਤੇ ਇੱਕ ਕੁੜੀ ਹੱਸੀ ਦਾ ਵਿੱਚ, ਉਹ ਆਰਾਮ ਨਾਲ ਬੈਠੀ ਰਹੀ ਆਪਣਾ। ਉਹ ਕਹਿੰਦਾ ਵੀ ਕੀ ਗੱਲ ਤੈਨੂੰ ਭਾਈ ਕੁੜੀਏ, ਜੋਕ ਸਮਝ ਨਹੀਂ ਆਇਆ ਜਾਂ ਚੱਕਰ ਕੀ ਹੈ, ਤੂੰ ਜੋਕ 'ਤੇ ਕਿਉਂ ਨਹੀਂ ਹੱਸੀ, ਬਾਕੀ ਸਾਰੇ ਹੱਸ ਰਹੇ ਨੇ। ਉਹ ਕਹਿੰਦੀ ਜੀ ਮੈਂ ਅਸਲ 'ਚ ਜੋਬ ਛੱਡਤੀ ਆ, ਅੱਜ ਮੇਰਾ ਆਖਰੀ ਦਿਨ, ਅਤੇ ਇਸ ਕਰਕੇ ਮੇਰੀ ਜ਼ਰੂਰੀ ਨਹੀਂ ਮੈਂ ਹੁਣ ਤੁਹਾਡੇ ਜੋਕਸ 'ਤੇ ਹੱਸਾਂ। ਇਹ ਚੀਜ਼ਾਂ ਰਹਿ ਗਈਆਂ ਨੇ ਸਾਨੂੰ, ਜਿੱਥੇ ਜ਼ਰੂਰਤ ਲੱਗਦੀ ਅਸੀਂ ਖੁੱਲ੍ਹ ਕੇ ਹੱਸਦੇ ਹਾਂ, ਜਿੱਥੇ ਲੱਗਦਾ ਵੀ ਇਹਦਾ ਅਗਲੇ ਨੂੰ ਫਾਇਦਾ ਨਾ ਹੋ ਜਾਵੇ ਮੇਰੇ ਹੱਸਣ ਨਾਲ, ਉੱਥੇ ਅਸੀਂ ਕੁੱਟ ਲੈਂਦੇ। ਬਸ ਸਹੀ ਹਾਸਾ ਜਿਹੜਾ ਹੈਗਾ ਜ਼ਿੰਦਗੀ ਦਾ, ਸਹੀ ਹਾਸਾ ਅਗਰ ਨਜ਼ਾਰਾ ਮਾਨਣਾ ਜ਼ਿੰਦਗੀ ਦੇ ਸਹੀ ਹਾਸੇ ਦਾ, ਤਾਂ ਬੱਚੇ ਦੀ ਮੁਸਕਾਨ ਜਿਹੜੀ ਹੈ ਉਹ ਮੈਂ ਸਮਝਦਾ ਅਸਲੀ ਹੈ। ਬਾਕੀ ਸਾਰਾ ਕੁਛ ਤਕਰੀਬਨ ਅੱਜ ਕੱਲ੍ਹ ਨਕਲੀ ਜਿਹਾ ਹੋ ਗਿਆ। ਲਓ ਜੀ, ਅਗਲਾ ਸਵਾਲ ਜਿਹੜਾ ਹੈਗਾ ਇਹ ਹਰਕੀਰਤ ਕੌਰ ਹੈਗੀ ਮਿਸ਼ੀਗਨ ਤੋਂ। ਇਹ ਕਹਿੰਦੇ ਜੀ ਬੁਰੀ ਨਜ਼ਰ ਤੋਂ ਬਚਣ ਬਚਾਉਣ ਲਈ ਕੀ ਕਰਨਾ ਚਾਹੀਦਾ। ਦੇਖੋ ਜੀ, ਅੱਜ ਕੱਲ੍ਹ ਬੁਰੀ ਨਜ਼ਰ ਨੂੰ ਛੱਡੋ, ਅੱਜ ਕੱਲ੍ਹ ਇਹ ਪੁੱਛਣਾ ਚਾਹੀਦਾ ਕਰੋਨਾ ਤੋਂ ਬਚਣ ਬਚਾਉਣ ਲਈ ਕੀ ਕਰਨਾ ਚਾਹੀਦਾ। ਬੁਰੀ ਨਜ਼ਰ ਤਾਂ ਪਿੱਛੇ ਰਹਿ ਗਈ, ਜਿਹੜਾ ਕਰੋਨੇ ਦੀ ਨਜ਼ਰ ਆ ਉਹਦੀ ਨਜ਼ਰ ਤੋਂ ਬਚਣਾ ਚਾਹੀਦਾ। ਬੁਰੀ ਨਜ਼ਰ ਤਾਂ ਫਿਰ ਆਪੇ ਨਹੀਂ ਲੱਗਦੀ, ਅੱਜ ਕੱਲ੍ਹ ਤਾਂ ਬੁਰੀ ਨਜ਼ਰ ਵੀ ਛੁਪੀ ਫਿਰਦੀ ਹੋਣੀ ਆ ਵੀ ਕਿਤੇ ਮੈਨੂੰ ਕਰੋਨਾ ਵਾਇਰਸ ਮੈਨੂੰ ਲੱਗ ਜਿਹੜੀ ਹੈਗੀ ਹੈ, ਮੈਂ ਲੋਕਾਂ ਨੂੰ ਲੱਗਦੀ ਕਰੋਨਾ ਵਾਇਰਸ ਨਾ ਲੱਗ ਜਾਏ। ਵੈਸੇ ਬੁਰੀ ਨਜ਼ਰ ਤੋਂ ਬਚਣ ਵਾਸਤੇ ਮੇਰਾ ਖਿਆਲ ਆ ਵੀ ਪਹਿਲੇ ਸਮਿਆਂ ਦੇ ਵਿੱਚ ਕਾਲਾ ਟਿੱਕਾ ਲਾਉਂਦੇ ਹੁੰਦੇ ਸੀ ਲੋਕ, ਅੱਜ ਕੱਲ੍ਹ ਕਾਲੀਆਂ ਐਨਕਾਂ ਲਾ ਲੈਂਦੇ, ਕੋਈ ਬਾਹਲਾ ਫਰਕ ਨਹੀਂ ਹੈਗਾ। ਬੁਰੀ ਨਜ਼ਰ ਵੀ ਉਹਨੂੰ ਹੀ ਲੱਗਦੀ ਹੈ ਜਿਹੜਾ ਸੋਚਦਾ ਕਿ ਮੈਨੂੰ ਨਜ਼ਰ ਨਾ ਲੱਗ ਜਾਵੇ, ਜਿਹੜਾ ਸੋਚਦਾ ਵੀ ਨਜ਼ਰ ਪਤਾ ਨਹੀਂ ਹੁਣ ਨਜ਼ਰ ਲੱਗਦੀ ਕਿ ਨਹੀਂ ਲੱਗਦੀ ਮੈਨੂੰ ਇਹ ਨਹੀਂ ਪਤਾ। ਪੰਜਾਬ ਦੀ ਗੱਲ ਕਰੀਏ, ਪਹਿਲੇ ਸਮਿਆਂ ਦੇਖਦੇ ਹੁੰਦੇ ਸੜਕ ਦੇ ਉੱਤੇ ਟੁੱਟਾ ਜਿਹਾ ਟਰੱਕ ਹੁੰਦਾ ਸੀ, ਮਸੀਂ ਚੱਲਦਾ ਹੁੰਦਾ ਸੀ, ਉਹਦੇ ਪਿੱਛੇ ਵੀ ਲਿਖਿਆ ਹੁੰਦਾ ਸੀ ਵੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਉਹਨੂੰ ਨਜ਼ਰ ਲੱਗ ਕੇ ਬੰਦਾ ਪੁੱਛੇ ਵੀ ਨਜ਼ਰ ਨੇ ਮਰਨਾ। ਸੋ ਬੁਰੀ ਨਜ਼ਰ ਤੋਂ ਬਚਣ ਵਾਸਤੇ ਕੁਛ ਕਰਨ ਦੀ ਲੋੜ ਨਹੀਂ, ਮਸਤ ਰਹੋ, ਸਾਰੇ ਬੱਲੇ ਬੱਲੇ ਆ, ਕੋਈ ਕੁਛ ਨਹੀਂ ਕਰ ਸਕਦਾ। ਲਓ ਜੀ, ਅਗਲਾ ਸਵਾਲ ਜਿਹੜਾ ਹੈਗਾ ਉਹ ਹੈਗਾ ਸੁਖਦੇਵ ਸਮਰਾ ਇੰਡੀਆਨਾ ਤੋਂ। ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਜੀ ਕੋਈ ਐਸਾ ਸ਼ੀਸ਼ਾ ਵੀ ਬਣ ਸਕਦਾ ਜਾਂ ਬਣਿਆ ਹੋਇਆ ਜਿਹਦੇ ਵਿੱਚ ਸ਼ਕਲ ਦੀ ਬਜਾਏ ਬੰਦੇ ਦਾ ਕਰੈਕਟਰ ਨਜ਼ਰ ਆਏ। ਲਓ ਜੀ, ਕਰ ਲਓ ਘਿਓ ਨੂੰ ਭਾਂਡਾ। ਦੇਖੋ ਜੀ, ਐਸਾ ਸ਼ੀਸ਼ਾ ਹਜੇ ਤਾਂ ਬਣਿਆ ਨਹੀਂ ਹੈਗਾ, ਪਰ ਇੰਨਾ ਜ਼ਰੂਰ ਹੈ ਵੀ ਤੁਸੀਂ ਬੰਦੇ ਦੇ ਦਿਮਾਗ ਦੀ ਗੱਲ ਜਿਹੜੀ ਸਮਝ ਸਕਦੇ ਕੀ ਹੈਗੀ ਆ। ਪਰ ਜੇ ਇਹੋ ਜਿਹਾ ਸ਼ੀਸ਼ਾ ਬਣ ਗਿਆ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਬੈਨ ਹੋ ਜਾਣਾ, ਕਿਉਂਕਿ ਜਿਹੜਾ ਵੀ ਲੀਡਰ ਬੋਲੇ ਉਹ ਸ਼ੀਸ਼ਾ ਕਰਾਂਗੇ ਅਤੇ ਉਹਦਾ ਅਸਲ ਜਿਹੜਾ ਚਿਹਰਾ ਉਹ ਸਾਹਮਣੇ ਆ ਜਾਣਾ। ਉਹਦੀ ਅਸਲ ਚਿਹਰੇ ਕੀ ਨੇ ਆਪਾਂ ਨੂੰ ਪਤਾ ਹੀ ਹੈ, ਲੀਡਰਾਂ ਦੇ ਅਸਲ ਚਿਹਰੇ। ਲੀਡਰਾਂ ਦੀ ਗੱਲ ਛੱਡੋ, ਅਸੀਂ ਜਿਹੜੇ ਆਮ ਲੋਕ ਹੈਗੇ ਹਾਂ ਉਹ ਵੀ ਡਬਲ ਸਟੈਂਡਰਡ ਲਾਈਫ ਜੀਨੇ ਆਮ ਤੌਰ 'ਤੇ। ਆਮ ਜ਼ਿੰਦਗੀ ਦੇ ਵਿੱਚ ਵੀ ਅੱਜ ਕੱਲ੍ਹ ਇਹ ਹੋ ਗਿਆ ਕਿ ਸਾਡੇ ਦਿਲ ਦੇ ਵਿੱਚ ਹੋ ਰਿਹਾ, ਦਿਮਾਗ ਦੇ ਵਿੱਚ ਹੋ ਰਿਹਾ, ਅਸੀਂ ਅੱਗੇ ਕੁਛ ਹੋਰ ਆ। ਪੀਜ਼ੇ ਵਾਲਾ ਹਿਸਾਬ ਹੈ, ਪੀਜ਼ਾ ਹੁੰਦਾ ਗੋਲ ਹੈ, ਆਉਂਦਾ ਚੌਰਸ ਡੱਬੇ ਦੇ ਵਿੱਚ, ਅਤੇ ਜਦੋਂ ਉਹਨੂੰ ਕੱਟ ਕੇ ਖਾਂਦੇ ਉਹ ਤਕੋਣਾ ਹੁੰਦਾ। ਇਹੀ ਹਿਸਾਬ ਸਾਡੀ ਜ਼ਿੰਦਗੀ ਵਾਲਾ ਅੱਜ ਕੱਲ੍ਹ ਬਣਿਆ ਹੋਇਆ ਕਿ ਅਸੀਂ ਕਿਸੇ ਨੂੰ ਹੋਰ ਕਹਿਣਾ, ਉਹਨੂੰ ਹੋਰ ਕਹਿਣਾ ਵੀ ਭਾਈ ਮੈਂ ਤਾਂ ਦੇਖ ਜੋ ਦਾ ਤੇਰੀ ਖਬਰ ਆ ਪਤਾ ਲੱਗੀ, ਮੈਨੂੰ ਤਾਂ ਬਾਈ ਗੋਡ ਪੂਰਾ ਅੰਨ ਦਾ ਦਾਣਾ ਅੰਦਰ ਨਹੀਂ ਲੰਘਿਆ। ਅਤੇ ਨਾਲ ਦੀ ਨਾਲ ਫੋਨ ਕਰ ਦੇਣਾ ਵੀ ਤਾਏ ਦੇ ਮੁੰਡੇ ਦੇ ਗਾਂ ਪੋਤਾ ਹੋਇਆ, ਉਹਨੂੰ ਫੋਨ ਕਰ ਦਿਓ ਵੀ ਲਓ ਜੀ ਜਦੋਂ ਦਾ ਪਤਾ ਲੱਗਿਆ ਪੋਤਾ ਹੋਇਆ ਮੇਰਾ ਤਾਂ 2.5 ਸਿਰ ਖੂਨ ਵੱਧ ਗਿਆ, ਇਹ ਤਾਂ ਉਦੋਂ ਦੀ ਪਾਰਟੀ ਸ਼ੁਰੂ ਕੀਤੀ ਹੈ।
ਸੋ ਇਹ ਜਿਹੜਾ ਹਰ ਚੀਜ਼ ਜਿਹੜੀ ਡਬਲ ਸਟੈਂਡਰਡ ਲਾਈਫ ਚੱਲਦੀ ਹੈ ਸਾਡੀ, ਸਾਡੀ ਥਿੰਕਿੰਗ ਡਬਲ ਆ, ਇਹ ਸਾਰਾ ਕੁਝ ਸਾਹਮਣੇ ਆਜੂਗਾ ਜੇ ਐਸਾ ਸ਼ੀਸ਼ਾ ਆ ਗਿਆ। ਮੈਂ ਸਮਝਦਾ ਵੀ ਐਸਾ ਸ਼ੀਸ਼ਾ ਨਾ ਹੀ ਆਵੇ ਤਾਂ ਚੰਗਾ, ਕਿਉਂਕਿ ਪਰਦਾ ਜਿਹੜਾ ਬਣਿਆ ਰਹੇ ਤਾਂ ਚੰਗਾ ਹੈ, ਮੁੱਠੀ ਬੰਦ ਰਹੇ ਤਾਂ ਉਹਦੀ ਕੀਮਤ ਹੈ, ਇੱਜ਼ਤ ਉੱਤੇ ਪਰਦਾ ਰਹੇ ਤਾਂ ਚੰਗਾ ਹੈ, ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਹੈ। ਸੋ ਮੁੱਠੀ ਬੰਦ ਰਹੇ ਤਾਂ ਚੰਗਾ ਜੀ, ਇਹ ਪਰਦਾ ਜਾਂ ਵਹਿਮ ਭਰਮ ਜੇ ਆਪਸ ਵਿੱਚ ਬਣੇ ਹੋਏ ਦਿਲ ਦੇ ਵਿੱਚ, ਹਰ ਬੰਦੇ ਦੇ ਬੜੀ ਵੱਡੀ ਗੱਲ ਬੈਠੀ ਹੁੰਦੀ, ਬੜਾ ਵੱਡਾ ਵਹਿਮ ਹੁੰਦਾ ਕਿ ਮੈਂ ਇੱਦਾਂ ਉਹ ਪਰਦਾ ਬਣਿਆ ਰਹੇ ਚੰਗਾ, ਸ਼ੀਸ਼ਾ ਦੇਖ ਲਿਆ ਅੱਧਿਆਂ ਤੋਂ ਵੱਧ ਤਾਂ ਮੈਨੂੰ ਲੱਗਦਾ ਊਂ ਹੀ ਦੁਨੀਆ ਛੱਡ ਜਾਣਗੇ, ਹੈ ਮੈਂ ਤਾਂ ਆਹ ਸੀ ਸੋਚਦਾ ਆਪਣੇ ਆਪ ਨੂੰ ਮੈਂ ਆਹ ਵਾ। ਸੋ ਇਹੋ ਜਿਹਾ ਸ਼ੀਸ਼ਾ ਨਾ ਹੀ ਆਵੇ ਤਾਂ ਚੰਗਾ। ਲਓ ਜੀ, ਇਹ ਜਿਹੜੇ ਤੁਹਾਡੇ ਸੁਨੇਹੇ ਲਏ ਨੇ, ਇਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਵਾਲੇ ਪਾਸੇ ਵੀ ਚੱਲਾਂਗੇ, ਅਤੇ ਨਾਲ ਦੀ ਨਾਲ ਮੈਂ ਅਗਰ ਗੱਲ ਕਰਾਂ ਅਤੇ ਅਰਜਨ ਸਿੰਘ ਅਣਜਾਣ ਸਾਹਿਬ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ, ਉਹ ਵੀ ਸ਼ਾਇਦ ਥੋੜ੍ਹੀ ਦੇਰ ਵਾਸਤੇ ਫੋਨ 'ਤੇ ਆਉਣਗੇ, ਤੁਸੀਂ ਨੰਬਰ ਜਦ ਤੱਕ ਡਾਇਲ ਕਰ ਲਓ, ਸਕਰੀਨ 'ਤੇ ਆ ਰਿਹਾ ਹੋਏਗਾ। ਉਸ ਤੋਂ ਬਾਅਦ ਆਪਾਂ ਵਿਸ਼ਾ ਫਟਾਫਟ ਲੈ ਕੇ, ਵਿਸ਼ਾ ਵੀ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਹੈਗਾ, ਆਮ ਤੌਰ 'ਤੇ ਖਬਰ ਹੀ ਹੈ ਵਿਸ਼ਾ ਵੀ ਅੱਜ ਦਾ ਇੱਕ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਵਿਸ਼ਾ ਵੀ ਸਾਂਝਾ ਕਰਕੇ ਫਿਰ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਫਟਾਫਟ ਲੈਣੀਆਂ ਸ਼ੁਰੂ ਕਰਾਂਗੇ। ਪਰ ਫਿਲਹਾਲ ਲੈਂਦੇ ਹਾਂ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਵਿਸ਼ੇ ਵੱਲ ਜਾਣ ਤੋਂ ਪਹਿਲਾਂ ਅਣਜਾਣ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਅਤੇ ਉਹਨਾਂ ਦੇ ਗਿਆਨ ਦਾ ਖਜ਼ਾਨਾ ਜਿਹੜਾ ਹੈਗਾ ਉਹ ਇੱਕ ਚਲਦੀ ਫਿਰਦੀ ਚੰਗੀ ਭਲੀ ਮੈਂ ਸਮਝਦਾ ਹੁੰਦਾ ਯੂਨੀਵਰਸਿਟੀ ਹੈ, ਜਿੱਥੇ ਉਹਨਾਂ ਨੂੰ ਇਤਿਹਾਸ ਦੀ ਬਹੁਤ ਜ਼ਿਆਦਾ ਜਾਣਕਾਰੀ ਹੈ, ਉੱਥੇ ਸਮਾਜ ਦੀ ਬਹੁਤ ਜ਼ਿਆਦਾ ਜਾਣਕਾਰੀ, ਉੱਥੇ ਵਿਅੰਗ ਉਹਨਾਂ ਦਾ ਬੜਾ ਵਧੀਆ ਹੁੰਦਾ, ਉੱਥੇ ਬਹੁਤ ਸਾਰਾ ਮਿਥਿਹਾਸ ਜਿਹਨੂੰ ਅਸੀਂ ਕਹਿੰਦੇ ਉਹ ਵੀ ਉਹਨਾਂ ਨੂੰ ਬਹੁਤ ਜਾਣਕਾਰੀ ਹੈਗੀ ਹੈ। ਉਹਨਾਂ ਦੀ ਕਾਲ ਲੈਣ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਹੈਲੋ ਅਣਜਾਣ ਸਾਹਿਬ, ਪੈਰੀ ਪਿੰਨਾ ਜੀ, ਧੰਨਵਾਦ ਜੱਗੀ ਸਾਹਿਬ ਜੀ, ਆਪ ਨੂੰ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰੇ ਹੋ, ਸਵਾਗਤ ਜੀ ਬਹੁਤ ਬਹੁਤ। ਹਾਂਜੀ ਸਰ, ਠੀਕ ਠਾਕ ਜੀ, ਕਰੋਨਾ ਸਾਹਿਬ ਠੀਕ ਨੇ ਉੱਧਰ, ਮਤਲਬ ਅਮਰੀਕਾ ਦੇ ਵਿੱਚ ਉਹੀ ਸਾਰੇ ਹੋਣਾ ਜੀ ਹਾਲ ਤਾਂ ਬਾਈ, ਇੱਕੋ ਜਿਹਾ ਹੀ ਆ ਸਮਾਚਾਰ, ਇੱਕੋ ਜਿਹਾ ਹੀ। ਹਾਂ ਚਲੋ, ਬਚਾ ਹੀ ਹੈ, ਚੰਗੀ ਗੱਲ ਹੈ, ਬਚਾ ਦਾ ਇਹਦਾ ਇੱਕੋ ਇੱਕ ਇਲਾਜ ਆ, ਬਚਾ ਬਸ, ਬਾਕੀ ਬਸ ਸਾਰੇ ਭਲਾ ਮੰਗੀਏ ਜੀ, ਗੱਲ ਤੇ ਹੈ ਤਾਂ ਸੁਰ ਤੋਂ ਬਚੀਏ। ਬਿਲਕੁਲ ਜੀ, ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂ ਵੀ ਜਿਹੜਾ ਵੇਲੇ ਸੇ ਸਾਰਿਆਂ ਨੂੰ ਬੜੇ ਪਿਆਰ ਨਾਲ ਸੂਚਿਤ ਕਰਦੇ ਆ ਜੀ, ਇਹ ਹਾਂਜੀ। ਤੇ ਇਸ ਤੋਂ ਪਹਿਲਾਂ ਜੱਗੀ ਸਾਹਿਬ ਜੀ, ਬਟਵਾਰੇ ਤੋਂ ਪਹਿਲਾਂ ਸਾਡੀ ਸੋਰਤੀ ਤੋਂ ਵੀ ਜੀ ਇੱਦਾਂ ਦਾ ਕਾਸ਼ਟ ਆਇਆ ਸੀ, ਉਹ ਇਹਦੇ ਨਾਲੋਂ ਵੀ ਭਾਰਾ ਸੀ। ਇਹ 1920 ਦੀ ਗੱਲ ਹੈ, 1920 ਦੇ ਵਿੱਚ ਵੀ ਆਇਆ ਸੀ ਇੱਕ, ਤੇ ਉਹਦਾ ਨਾਂ ਸੀ ਪਲੇਗ। ਹਾਂਜੀ, ਪਲੇਗ ਪਹਿਲਾਂ, ਸਭ ਤੋਂ ਪਹਿਲਾਂ ਪਲੇਗ ਆਈ ਸੀ 1720 ਦੇ ਵਿੱਚ, ਉਸ ਤੋਂ ਬਾਅਦ ਹੁਣ ਮਤਲਬ 1900 ਵਿੱਚ ਵੀ ਆਈ ਸੀ। ਹਾਂਜੀ ਹਾਂਜੀ, ਅਤੇ ਇੱਦਾਂ ਆ ਵੀ ਦਾਤਾ ਭਲੀ ਕਰੇ ਇਹ, ਅਤੇ ਜਿੱਥੇ ਅਸੀਂ ਵਿੱਦਿਆ ਪੜ੍ਹ ਕੇ ਬਾਹਰਾਂ ਆਣ ਕੇ ਹੋਰ ਹਰ ਤਰ੍ਹਾਂ ਕਮਾਈ ਮਿਲੀ ਜੀ, ਸਿਆਣੇ ਬਣਨਾ ਸੀ, ਅਸੀਂ ਸਿਆਣੇ ਬਣਦੇ ਤਾਂ ਸਿਆਣੇ ਤਾਂ ਨਹੀਂ ਸ਼ੈਤਾਨ ਬਣ ਗਏ। ਅੱਛਾ ਜੀ ਜੀ, ਸਾਡੇ ਤਾਂ ਝੂਠ ਦਾ ਪਿਸ਼ਾਰਾ ਅਤੇ ਹੇਰਾ ਫੇਰੀਆਂ ਦਾ ਵੱਧ ਗਿਆ ਅਤੇ ਰੱਬ ਦਾ ਭੁੱਲ ਗਿਆ। ਹਾਏ ਹਾਏ, ਬਿਲਕੁਲ ਸਹੀ ਗੱਲ ਹੈ ਜੀ ਜੀ, ਨਹੀਂ ਤਾਂ ਗੱਲ ਰਾਮ ਰਹੀਮ ਅਤੇ ਮੌਲਾ ਅਤੇ ਗੱਲ ਜਦ ਸਮਝੀ ਫਿਰ ਕੀ ਰੌਲਾ, ਵਧਿਆ ਮਜ਼ਬੀ ਰੌਲ ਘਸੌਲਾ, ਪੀਣ ਗਿੱਲਾ ਹੀ ਸਮਝੋ। ਵਾਹ ਜੀ, ਰਾਮ ਰਾਮ ਸਤਿ ਸ਼੍ਰੀ ਅਕਾਲ ਨਾਲ ਬਿਸਮਿਲਾ ਹੀ ਸਮਝੋ। ਵਾਹ ਜੀ, ਏਦਾਂ ਇਕੱਠੇ ਭਾਰਤ ਦੇ ਲੋਕ ਵਸਦੇ ਸੀ, ਕਿਵੇਂ ਕਿਵੇਂ ਨਾ ਪਾ ਕੇ ਕੋਈ ਦੂਜ ਨਹੀਂ ਸੀ ਜੀ ਜੀ, ਤੇ ਸਾਨੂੰ ਇਸ ਗੱਲ ਨੇ ਠੱਗ ਲਿਆ, ਪੰਜਾਂ ਠੱਗਾਂ ਨੇ, ਰਾਜ ਮਾਲ ਰੂਪ ਜੋਬਨ ਜਾਤ ਪੰਜੇ ਠੱਗ, ਰਾਜ ਮਾਲ ਰੂਪ ਜੋਬਨ ਜਾਤ, ਜੋਬਨ ਜਾਤ ਜੀ, ਠੀਕ ਹੈ ਜੀ, ਰਾਜ ਮਾਲ ਵੀ ਹੋਇਆ ਰੂਪ ਵੀ ਆਵੇ ਤੇ ਜੇ ਜੋਬਨ ਆਵੇ ਤੇ ਫਿਰ ਸਾਡੇ ਜਾਪ ਤੇ ਵੀ ਸਭ ਤੋਂ ਤਕੜੀ ਆ। ਬਿਲਕੁਲ ਜੀ ਬਿਲਕੁਲ, ਹੁਣ ਇਸ ਗੱਲ ਦਾ ਭਾਰਤ ਚ ਕਿਹੜੀ ਗੱਲ ਘੱਟੇ, ਉਹ ਕਰੋਨੇ ਨੂੰ ਘੱਟਿਆ ਜੋ ਭਾਰਤ ਚ ਛਿੜਿਆ ਵੀ ਆਹ ਤੇ ਉਹ ਹੋਣਾ, ਹਾਂ ਜੋ ਦਿੱਲੀ ਦੇ ਵਿੱਚ ਹੋਇਆ ਜੀ ਉਹ ਕਰੋਨੇ ਤੋਂ ਕਿਤੇ ਵੱਧ ਹੈ। ਰਾਜ ਮਾਲ ਰੂਪ ਜੋਬਨ ਜਾਤ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਸੇ ਨਾ ਰੱਖੀ ਲੱਜ ਜੀ, ਇਹਨਾਂ ਠੱਗਿਆ ਹੀ ਆ, ਇਹਨਾਂ ਲੱਜ ਨਹੀਂ ਰੱਖਣੀ ਤੇ ਨਾ ਇਹਨਾਂ ਕੋਲ ਬਣਾਉਣਾ ਹੀ ਸਾਡਾ। ਕਿਆ ਬਾਤ ਹੈ ਜੀ, ਬਿਲਕੁਲ ਜੀ, ਤੇ ਇਹਨਾਂ ਨੇ ਸਾਨੂੰ ਰੱਬ ਦੇ ਚੇਤਾ ਭੁਲਾ ਤਾ ਜੀ, ਚਾਹੇ ਮਰਦ ਆ ਤੇ ਚਾਹੇ ਔਰਤ ਆ, ਆਪਦੇ ਸ਼ਿੰਗਾਰ ਤੇ ਹੇਰਾ ਫੇਰੀ ਵਾਲੀ ਗੱਲ ਸਾਰਿਆਂ ਦੀ ਆ,
ਸਾਰੀ ਉਮਰ ਪੂਰਾ ਨਹੀਂ ਹੁੰਦਾ ਚੇਤਾ ਭਗਵਾਨ ਦਾ ਜੀ, ਤੇ ਸਾਰੀ ਉਮਰ ਪੂਰਾ ਨਹੀਂ ਹੁੰਦਾ ਸੌਦਾ ਦੁਕਾਨ ਦਾ। ਕੀ ਬਾਤ ਹੈ ਜੀ। ਸਾਰੀ ਉਮਰ ਪੂਰਾ ਨਹੀਂ ਹੁੰਦਾ ਚਸਕਾ ਜਵਾਨ ਦਾ ਜੀ, ਤੇ ਸਾਰੀ ਉਮਰ ਪੂਰਾ ਨਹੀਂ ਹੁੰਦਾ ਸ਼ਿੰਗਾਰ ਰਕਾਨ ਦਾ। ਵਾਹ ਜੀ। ਬੀਬੀ ਨੂੰ ਵੀ ਚਾਹੀਦਾ ਵੀ ਮੈਂ ਵੀ ਕਿਸੇ ਨੂੰ ਘਾਟਾ, ਉਹ ਵੀ ਉੱਥੇ ਹੋਇਆ। ਬਿਲਕੁਲ ਜੀ। ਤੇ ਜੇ ਗੁਰਬਾਣੀ ਇਹ ਗੱਲ ਦਾ ਸਿਧਾਂਤ ਦਿੰਦੀ ਆ ਵੀ ਜੇ ਅਸੀਂ ਕਹੀਏ ਵੀ ਅਸੀਂ ਨਹੀਂ ਕਹਿੰਦੇ ਮੰਨਦੇ ਨਹੀਂ। ਬਿਲਕੁਲ ਜੀ। ਮਾਇਆ ਦੇ ਅਧੀਨ ਆ ਸਭ ਕੁਛ ਚੱਲਦਾ। ਮਾਇਆ ਸਗਲ ਜਗ ਛਾਇਆ ਜੀ, ਕਾਮਣ ਹੇਤ ਕਾਮ ਲਭਾਇਆ ਜੀ, ਸੁਤ ਕੰਚਨ ਸੁਖੇਤ ਵਧਾਇਆ ਤੇ ਸਭ ਕੁਛ ਆਪਣਾ ਇੱਕ ਰਾਮ ਪੜਾਇਆ ਜੀ। ਬਸ ਸਾਨੂੰ ਤੇ ਗੱਦੀ ਚਾਹੀਦੀ ਆ ਤੇ ਡਾਂਗ ਚਾਹੀਦੀ ਆ ਸਾਡੇ ਆਖੇ। ਆ ਹੁਣ ਪਤਵੰਤੇ ਜਿਹੜੇ ਉਹ ਟੁਕਦੇ ਪੁਆਇੰਟ ਵਿੱਚ ਆਉਂਦੇ ਆ ਜੀ, ਸਾਰੇ ਕਾਨਾਂ ਤੋਂ ਹੀ ਭਾਰੇ ਰੱਬ ਖੈਰ ਕਰੇ ਉਹ ਧਰਤੀ ਧਾਨਿਆ ਜਿਹੜੇ ਉਹਨਾਂ ਦੇ ਭਾਰ ਚੱਕਦੇ ਇੰਨਾ ਝੂਠ ਧੋ ਧੋ ਕੇ ਸੱਚ ਬਣਾ ਕੇ ਬੋਲਦੇ ਆਦੀ ਹੋ ਗਏ ਸਾਰੀਆਂ ਪਾਰਟੀਆਂ ਵਾਲੇ ਬੈਠੇ ਹੁੰਦੇ ਉਹਦੇ ਚ। ਹਾਂਜੀ। ਆ ਕੋਈ ਇੱਕ ਦੂਜੇ ਨੂੰ ਸਿੱਖਿਆ ਦੇਣ ਦੀ ਬਜਾਏ ਕਿਹੜੀ ਉਹ ਡਿਬੇਟ ਕਰਦੇ ਆ ਜੀ ਜੀ। ਇਸੇ ਤਰ੍ਹਾਂ ਵਿਦਵਾਨਾਂ ਸਾਨੂੰ, ਚਾਹੇ ਅਸੀਂ ਵਿਦਵਾਨ ਆ ਤੇ ਚਾਹੇ ਸਿਆਸੀ ਆ ਸਮਾਜੀ ਆ, ਘੱਟ ਕੋਈ ਨਹੀਂ ਜੀ। ਪੰਪਾ ਸਰ ਦੇ ਪੰਡਿਤ ਵਿਦਵਾਨਾਂ ਨੇ ਉਦੋਂ ਭੀਲਣੀ ਨੂੰ ਦਰਸ਼ਨ ਕਰਨ ਨੂੰ ਸੇਵਾ ਕਰਨ ਨੂੰ ਧੱਕੇ ਨਾ ਰੋਕ ਦਿੱਤਾ ਪੰਪਾ ਸਰ ਤੇ ਜਾਣ ਨੂੰ ਜੀ ਜੀ, ਵੀ ਤੂੰ ਆ ਹੀ ਨਹੀਂ ਸਕਦੀ, ਪਹਿਰਾ ਲਾ ਤਾ। ਗਰੀਬਣੀ ਸੀ ਉਹ, ਰੱਬ ਦੀ ਪਿਆਰੀ ਸੀ, ਉਹਦੇ ਚੋਂ ਬਾਹਰ ਜੁੜ ਕੇ ਬਹਿਗੀ ਜੀ। ਪੰਪਾ ਸਰ ਦਾ ਪਾਣੀ ਭਰਾ ਬੋ ਮਾਰਨ ਲੱਗ ਗਿਆ। ਬੜੇ ਪਾਪੜ ਵੇਲੇ ਫੇਰ ਵਿਦਵਾਨਾਂ ਨੇ ਕੋਈ ਨੀ, ਸ੍ਰੀ ਰਾਮ ਚੰਦਰ ਆਪ ਪਹੁੰਚੇ ਜੀ, ਉਹਨਾਂ ਦੇ ਮਹਾਤਮ ਪਹੁੰਚੇ। ਜਦੋਂ ਉਹ ਕਹਿੰਦੇ ਹੋਰ ਫਿਰ ਕਹਿੰਦੇ ਵੀ ਸਾਰੇ ਦੇਖ ਲਿਆ, ਹੁਣ ਕਹਿੰਦੇ ਭੀਲ ਨੂੰ ਲਿਆ, ਆਖਿਰ ਉਹਦੇ ਹੀ ਪੈਰ ਚਰਨ ਧੋ ਕੇ ਪਾਉਣ ਵਾਲੇ ਫੇਰ ਪੰਪਾ ਸਰ ਸਿੱਧਾ ਹੋਇਆ। ਅੱਛਾ ਜੀ ਜੀ। ਇਸ ਕਰਕੇ ਅਸੀਂ ਉਧਰੋਂ ਟੁੱਟ ਕੇ ਸਾਰੇ ਇੱਧਰ ਹੀ ਆ ਗਏ ਵੀ ਸਿੱਧਾ ਕੰਮ ਤੇ ਕਰਨਾ ਹੀ ਨਹੀਂ ਜੀ ਜੀ। ਬਿਲਕੁਲ ਸਿੱਧਾ ਹੈਗਾ ਵੀ ਬਹੁਤੀ ਦੂਰ ਨਾ ਜਾਓ, ਜੱਫਿਆ ਜੱਫੀ ਹੋਣ ਨੂੰ। ਜਿੱਦਾਂ ਹੁਣ ਕਹਿੰਦੇ ਛੂਹ ਤੋਂ ਬਚਣਾ ਚਾਹੀਦਾ, ਉਹਦੇ ਆਉਂਦਾ ਵੀ ਦੋ ਨੂੰ ਦੋ ਮਿਲੇ 64 ਖਿਲੇ, ਦੋ ਨੂੰ ਦੋ ਮਿਲੇ 64 ਖਿਲੇ ਜੀ, 64 ਖਿਲੇ 20 ਮਿਲੇ ਕਰ ਜੋੜ ਜੀ, ਗੁਰਮੁਖ ਸੇ ਗੁਰਮੁਖ ਮਿਲੇ ਖਿਲੇ 7 ਕਰੋੜ ਜੀ। ਇਹਦੀ ਵਿਚਾਰ ਸਮਝਦੇ ਵੀ 7 ਕਰੋੜ ਕਿੱਦਾਂ ਬਣੇ ਜੀ ਜੀ, ਦੱਸੋ ਜ਼ਰੂਰ ਤੁਸੀਂ ਦੱਸੋ ਜੀ। ਦੋ ਨੂੰ ਦੋ ਅੱਖਾਂ ਮਿਲੀਆਂ ਤੇ ਜਦੋਂ ਉਹ ਖੁਸ਼ ਹੋਏ ਤੇ 64 ਦੋਵਾਂ ਦੇ ਜਿਹੜੇ ਦੰਦ ਬੱਤੀ ਬੱਤੀ ਉਹ 64 ਗਏ ਸਰ। ਕੀ ਬਾਤ ਹੈ ਜੀ। ਤੇ ਦੋਵੇਂ ਹੱਥ ਜੋੜ ਕੇ ਦੋਵਾਂ ਨੇ ਜਦੋਂ 20 ਉਹ ਜੁੜ ਗਏ, ਉਂਗਲਾਂ ਜੁੜ ਗਈਆਂ ਜੀ, ਤੇ ਸਾਡੇ ਹਰ ਮੈਂਬਰ ਦੇ ਪਿੰਡੇ ਦੇ ਉੱਤੇ ਰੂਮ 7.5 ਕਰੋੜ ਆ। ਵਾਹ ਜੀ ਵਾਹ। ਦੋ ਨੂੰ ਦੋ ਮਿਲੇ 64 ਖਿਲੇ, ਮਿਲੇ 20 ਕਰ ਜੋੜ, ਦੋਵੇਂ ਹੱਥ ਜੋੜ ਗਏ, ਮਿਲੇ 20 ਕਰ ਜੋੜ ਜੀ, ਗੁਰਮੁਖ ਸੇ ਗੁਰਮੁਖ ਮਿਲੇ ਖਿਲੇ 7 ਕਰੋੜ। ਵਾਹ ਜੀ ਵਾਹ। ਤੇ ਇਹ ਦੋਵਾਂ ਹੱਥਾਂ ਨਾਲ ਜੋੜ ਕੇ ਫਤਿਹ ਬੁਲਾ ਦਿਓ, ਆਪ ਵੀ ਸਾਰੀ ਤੇ ਰੱਬ। ਇਹ ਕੁਦਰਤ ਨੂੰ, ਕੁਦਰਤ ਦਾ ਸਤਿਕਾਰ ਆ ਤੇ ਉਹਨੂੰ ਨਮਸਕਾਰ ਆ ਫਤਿਹ, ਇਹਦਾ ਕਿਸੇ ਨਾਲ ਵਿਰੋਧ ਨਹੀਂ। ਇਸ ਕਰਕੇ ਇਹ ਦਰਸ਼ ਮਾਰ ਗਿਆ, ਫਿਰ ਕਹਿ ਦਿਆਂਦਾ ਦੋ ਨੂੰ ਦੋ ਮਿਲੇ 64 ਖਿਲੇ 20 ਮਿਲੇ ਕਰ ਜੋੜ, ਗੁਰਮੁਖ ਸੇ ਗੁਰਮੁਖ ਮਿਲੇ ਖਿਲੇ 7 ਕਰੋੜ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਜਾਨ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ। ਔਰ ਕਾਲਾਂ ਦੀ ਗੱਲ ਕਰੀਏ, ਤੁਹਾਡੀਆਂ ਕਾਲਾਂ ਬਹੁਤ ਸਾਰੀਆਂ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਅਨਜਾਨ ਸਾਹਿਬ ਨਾਲ ਆਈਆਂ ਨੇ, ਪਰ ਮੈਂ ਵਿੱਚੋਂ ਉਹਨਾਂ ਨੂੰ ਰੋਕ ਕੇ ਕਾਲ ਤੁਹਾਡੀ ਹੋਲਡ ਕਰਨੀ ਮੁਨਾਸਬ ਨਹੀਂ ਸਮਝੀ। ਹੁਣ ਤੁਸੀਂ ਕਾਲ ਕਰ ਸਕਦੇ ਹੋ ਬ੍ਰੇਕ ਦੇ ਵਿੱਚ, ਮੈਂ ਤੁਹਾਡੀ ਕਾਲ ਹੋਲਡ ਕਰਕੇ ਅਤੇ ਬ੍ਰੇਕ ਦੇ ਉਸ ਪਾਰ ਜਦੋਂ ਜਾਵਾਂਗੇ ਤਾਂ ਫਟਾਫਟ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਵਿਸ਼ੇ ਵੱਲ ਚੱਲਦੇ ਹਾਂ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲਵਾਂਗੇ। ਅਤੇ ਵਿਸ਼ਾ ਥੋੜ੍ਹਾ ਜਿਹਾ ਇਹੀ ਆ ਵੀ ਜਿਵੇਂ ਕਹਿੰਦੇ ਵੀ ਕਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਸੀਗਾ,
ਚੀਨ 'ਚ ਹੁਣ ਤਕਰੀਬਨ ਨੋਰਮਲ ਹੋ ਗਿਆ ਮਾਹੌਲ ਜਿੱਥੋਂ ਸ਼ੁਰੂ ਹੋਇਆ ਸੀਗਾ। ਪਰ ਮੈਂ ਜਿਹੜੇ ਵਿਸ਼ੇ ਵੱਲ ਜਾਣਾ ਉਹ ਆਪਣੇ ਸੋਸ਼ਲ ਗੱਲਾਂ ਬਾਤਾਂ ਵਾਲੀ ਗੱਲ ਕਰਦੇ ਹਾਂ। ਆਪਾਂ ਅਕਸਰ ਗੱਲਬਾਤ ਕਰੀ ਤਲਾਕ ਦੀ, ਵਜ੍ਹਾ ਦੀ ਗੱਲ ਕਰੀ ਦੀ ਆ, ਤਲਾਕ ਦੇ ਕਾਰਨ, ਤਲਾਕ ਕਿੰਨੀ ਰੇਸ਼ੋ ਆ, ਕਿੰਨੀ ਵੱਧ ਗਈ, ਇਹ ਆਪਾਂ ਅਕਸਰ ਗੱਲਬਾਤ ਕਰੀ ਦੀ। ਪਰ ਅੱਜ ਮੈਂ ਇੱਕ ਗੱਲ ਕਰਨੀ, ਆਮ ਤੌਰ 'ਤੇ ਤਲਾਕ ਜਿਹੜੇ ਹੁੰਦੇ ਨੇ ਇਹ ਜ਼ਿਆਦਾਤਰ ਤਲਾਕ ਹੁੰਦੇ ਨੇ ਪੂਰੀ ਦੁਨੀਆ ਦੀ, ਜੇ ਗੱਲ ਕਰੀਏ ਕਿ ਮੇਰਾ ਹਸਬੈਂਡ ਮੈਨੂੰ ਟਾਈਮ ਨਹੀਂ ਦਿੰਦਾ ਇਸ ਕਰਕੇ ਮੈਂ ਤੋਂ ਤਲਾਕ ਲੈਣਾ ਚਾਹੁੰਦੀ ਹਾਂ, ਹਸਬੈਂਡ ਬਿਜ਼ੀ ਰਹਿੰਦਾ ਮੈਂ ਤਲਾਕ ਲੈਣਾ ਚਾਹੁੰਦੀ ਹਾਂ, ਘਰ ਵਾਲੇ ਨੂੰ ਪ੍ਰੋਬਲਮ ਹੁੰਦੀ ਆ ਵੀ ਘਰ ਵਾਲੀ ਔਫਿਸ ਜਾਂਦੀ ਆ, ਮੈਂ ਘਰ ਲੇਟ ਆਉਂਦੀ ਫਲਾਣਾ ਆਉਂਦੀ, ਮੈਂ ਤਲਾਕ ਲੈਣਾ ਚਾਹੁੰਦਾ। ਅਕਸਰ ਇਹ ਹੈਗੀ ਵੀ ਪਤੀ ਪਤਨੀ ਇੱਕ ਦੂਜੇ ਨੂੰ ਟਾਈਮ ਨਹੀਂ ਦਿੰਦੇ ਅਤੇ ਇਸ ਕਰਕੇ ਤਲਾਕ ਲੈਣਾ ਚਾਹੁੰਦੇ ਨੇ। ਪਰ ਅੱਜ ਦੀ ਚੀਨ ਦੀ ਖਬਰ ਜਿਹੜੀ ਹੈਗੀ ਕਰੋਨਾ ਵਾਇਰਸ ਤੋਂ ਬਾਅਦ, ਤੁਹਾਨੂੰ ਪਤਾ ਕਿ ਕਰੋਨਾ ਵਾਇਰਸ ਦੇ ਦੌਰਾਨ ਫਿਰ ਟੋਟਲ ਬੰਦੇ ਨੂੰ ਘਰ ਉਹਨਾਂ ਨੇ ਕਹਿਤਾ ਬੰਦ ਕਰਕੇ ਰਹੋ, ਘਰ ਰਹੋ, ਅਤੇ ਉਹਦੇ 'ਚ ਪਤੀ ਪਤਨੀ ਤਕਰੀਬਨ ਆਹ ਮਹੀਨਾ ਖੰਡ ਘਰ ਰਹੇ ਨੇ। ਅਤੇ ਚੀਨ ਦੀ ਖਬਰ ਜਿਹੜੀ ਹੈਗੀ ਆ ਹੈਰਾਨ ਕਰਨ ਵਾਲੀ ਖਬਰ ਆ, ਥੋੜ੍ਹੀ ਮੈਨੂੰ ਹਾਸੇ ਵਾਲੀ ਵੀ ਲੱਗੀ ਵੀ ਇਹ ਕਿਹੜਾ ਕਾਰਨ ਹੋਇਆ। ਤਾਂ ਉੱਥੇ ਲਗਭਗ 300 ਲੋਕਾਂ ਨੇ ਅਰਜ਼ੀ ਪਾਈ ਆ ਕੋਰਟ ਦੇ ਵਿੱਚ, ਹੁਣ ਕਪਲ ਜਿਹੜੇ ਜੋੜੇ ਹੈਗੇ ਨੇ ਵਿਆਹੇ ਹੋਏ, ਉਹਨਾਂ ਨੇ ਅਰਜ਼ੀ ਪਾਈ ਹੈ ਜੀ ਸਾਨੂੰ ਤਲਾਕ ਚਾਹੀਦਾ। ਜੱਜ ਨੇ ਪੁੱਛਿਆ ਭਾਈ ਕਾਹਤੋਂ ਤਲਾਕ ਚਾਹੀਦਾ, ਉਹ ਕਹਿੰਦੇ ਜੀ ਸਾਨੂੰ ਇਕੱਠੇ ਰਹਿਣਾ ਪਿਆ ਇੰਨੀ ਦੇਰ, ਅਸੀਂ ਇਕੱਠੇ ਨਹੀਂ ਰਹਿ ਸਕਦੇ। ਮੈਂ ਬੜਾ ਹੈਰਾਨ ਵੀ ਪਤੀ ਪਤਨੀ ਚਾਹੁੰਦੇ ਹੁੰਦੇ ਇਕੱਠੇ ਰਹੀਏ। ਇੱਕ ਬੜਾ ਅਜੀਬ ਜਿਹਾ ਕਾਰਨ ਨਵਾਂ ਸਾਹਮਣੇ ਆਇਆ ਤਲਾਕ ਦਾ, ਪਹਿਲਾਂ ਹੋਰ ਤਲਾਕ ਦੇ ਕਾਰਨ ਅਗਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇਹ ਹੁੰਦੇ ਸੀਗੇ ਵੀ ਗ੍ਰੀਨ ਕਾਰਡ ਲੈ ਕੇ ਤਾਂ ਉਹਨਾਂ ਨੇ ਮੁੜ ਕੇ ਚਲੇ ਗਿਆ ਜੀ, ਪਲਾਨਾ ਹੋ ਗਿਆ, ਧਮਕੜਾ ਹੋ ਗਿਆ। ਇੰਡੀਆ ਦੀ ਗੱਲ ਕਰੀਏ ਤਾਂ ਹੋਰ ਕਈ ਕਾਰਨ ਹੁੰਦੇ ਸੀ, ਪਰ ਇਹ ਚੀਨ ਦੇ ਵਿੱਚ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਕਿ ਉਹ ਕਹਿੰਦੇ ਜੀ ਅਸੀਂ ਜ਼ਿਆਦਾ ਦੇਰ ਸਾਨੂੰ ਇਕੱਠੇ ਰਹਿਣਾ ਪੈ ਗਿਆ ਇਸ ਕਰਕੇ ਤਲਾਕ ਲੈਂਦੇ ਹਾਂ। ਕਿ ਇਹੋ ਜਿਹੀ ਗੱਲ ਹੈਗੀ ਆ ਆਪਣੇ ਪੰਜਾਬੀਆਂ ਦੇ ਵਿੱਚ, ਮੇਰਾ ਖਿਆਲ ਇਹ ਚੀਜ਼ ਇਹੋ ਜਿਹੀ ਨੌਬਤ ਕਦੇ ਨਹੀਂ ਆਏਗੀ ਕਿ ਪਤੀ ਪਤਨੀ ਨੂੰ ਅਗਰ ਜ਼ਿਆਦਾ ਦੇਰ ਇਕੱਠੇ ਰਹਿਣਾ ਪੈਂਦਾ ਅਤੇ ਉਹ ਤਲਾਕ ਲੈਂਦੇ ਨੇ। ਕੀ ਵਿਚਾਰ ਨੇ ਤੁਹਾਡੀਆਂ, ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਰਦਾਰ ਗਿਆਨ ਸਿੰਘ ਜੀ। ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਜੀ, ਸਵਾਗਤ ਬਹੁਤ ਬਹੁਤ ਜੀ ਸਰ। ਹਾਂ ਜੀ ਠੀਕ ਹੈ ਜੀ। ਮੈਂ ਜੱਗੀ ਸਾਹਿਬ ਥੋੜ੍ਹੀ ਜਿਹੀ ਗੱਲ ਮੈਂ ਕਰਨ ਲੱਗਾ ਕੱਲ੍ਹ ਵਾਲੇ ਪ੍ਰੋਗਰਾਮ 'ਚ ਜੀ। ਮਹਾਰਾਜਾ ਰਣਜੀਤ ਸਿੰਘ ਦਾ ਤਾਂ ਦੁਨੀਆ 'ਚ ਨਾਂ ਆਇਆ ਕਿ ਉਹਦੇ ਮੁਕਾਬਲੇ 'ਚ ਕੋਈ ਰਾਜਾ ਹੀ ਨਹੀਂ ਹੋਇਆ ਜੀ। ਬਿਲਕੁਲ, ਹੁਣ ਦੇ ਅੰਕੜੇ ਵੀ ਇਹੀ ਦੱਸਦੇ ਨੇ ਪੂਰੀ ਦੁਨੀਆ ਦੇ, ਹਰ ਬੰਦਾ। ਮਗਰ ਕੱਲ ਜਦੋਂ ਮੈਂ ਕਿਸੇ ਕੋਲੋਂ ਇਹ ਸੁਣੀ ਕਿ ਬਗਾਨੀ ਘੋੜੀ ਖੋਹਣ ਲਈ ਉਹਨੇ 1100 ਜਵਾਨ ਮਰਵਾ ਦਿੱਤਾ, ਕੀ ਇਹ ਗੱਲ ਸੱਚੀ ਆ? ਨਹੀਂ, ਮੈਨੂੰ ਵੀ ਇਸ ਗੱਲ 'ਤੇ, ਮੈਂ ਤਾਂ ਕਿਤੇ ਪੜ੍ਹੀ ਨਹੀਂ, ਪਰ ਉਹ ਕਹਿੰਦੇ ਵੀ ਉਹਨਾਂ ਕੋਲ ਕਿਤਾਬ ਪਿਆਰਾ ਸਿੰਘ ਦਾਤਾ ਦੀ ਪਈ ਹੈ, ਉਹਦੇ 'ਚ ਇਹ ਜ਼ਿਕਰ ਕੀਤਾ ਗਿਆ। ਮੈਂ ਕਿਤਾਬ ਪੜ੍ਹੀ ਨਹੀਂ ਹਜੇ, ਦੇਖੀ ਜੀ। ਨਹੀਂ ਨਹੀਂ, ਚਲੋ ਕਿਤਾਬਾਂ ਤਾਂ ਮੁਸ਼ੱਤੀ ਬਣੀਆਂ ਸਾਡੇ ਸਿੱਖ ਸਿੱਖਾਂ ਦੇ ਖਿਲਾਫ, ਕਿਤਾਬਾਂ ਨੇ ਥੋੜ੍ਹਾ ਦੇਖਣਾ ਜੀ। ਚਲੋ ਤੁਸੀਂ ਆਪਣੇ ਵਿਚਾਰ। ਹਾਂਜੀ, ਕਿ ਕਿਉਂ ਲਿਖੀ, ਥੋੜ੍ਹਾ ਜਿਹਾ ਕ੍ਰਿਟੀਸਾਈਜ਼ ਸਾਨੂੰ ਕਰਨਾ ਚਾਹੀਦਾ ਵੀ ਸਿੱਖ ਕੌਮ ਤਾਂ ਅੱਗੇ ਹੀ ਹਰ ਬੰਦਾ ਥੱਲੇ ਲਾਉਣ ਨੂੰ ਫਿਰਦਾ, ਅਤੇ ਕਿ ਗੁਰੂ ਮਹਾਰਾਜ ਰਣਜੀਤ ਸਿੰਘ ਦੇ ਖਿਲਾਫ ਜੇ ਇਹ ਗੱਲ ਕੋਈ ਸਾਡਾ ਹੀ ਬੰਦਾ ਪ੍ਰਚਾਰ ਕਰੇ ਵੀ 1100 ਸਿੱਖ ਹੀ ਮਰਵਾ ਤਾ ਉਹਨੇ, ਇਹ ਗੱਲ ਮੰਨਣ 'ਚ ਆਉਂਦੀ ਆ ਕਦੇ? ਨਹੀਂ, ਆਪਾਂ ਮੈਂ ਗਿਆਨ ਸਿੰਘ ਜੀ ਜ਼ਰੂਰ ਜ਼ਿਕਰ ਕਰੂੰਗਾ, ਮੈਂ ਕਿਤਾਬ 'ਚ ਵਿੱਚ ਇੱਕ ਦੇਖ ਕੇ, ਅਤੇ ਜ਼ਰੂਰ ਅਸੀਂ ਇਹਨੂੰ ਕਲੀਅਰ ਕਰਾਂਗੇ। ਚਲੋ ਆਪੋ ਆਪਣੇ ਵਿਚਾਰ ਹੁੰਦੇ ਆ, ਪਰ ਜੇ ਅਗਰ ਇਤਿਹਾਸ ਨਹੀਂ ਹੈ ਤਾਂ ਆਪਾਂ ਨੂੰ ਇਹ ਸਾਂਝਾ ਨਹੀਂ ਕਰਨਾ ਚਾਹੀਦਾ ਸੀ, ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਹ ਠੀਕ ਹੈ ਵੀ ਇਸ ਚੈਨਲ 'ਤੇ ਉਹ ਖਬਰ ਸੁਣਾਓ ਜਿਹੜੀ ਸਹੀ ਲੱਗੇ, ਠੀਕ ਨਹੀਂ ਥੋੜ੍ਹਾ ਠੀਕ ਹੋ ਗਏ? ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ ਜੀ, ਮਿਹਰਬਾਨੀ ਜੀ। ਤੁਸੀਂ ਗੱਲ ਕਰਨੀ ਚਾਹੁੰਦੇ ਆ ਚੀਨ ਦੀ ਨਵੀਂ ਖਬਰ ਹੈ ਕਿ ਸਾਨੂੰ ਇਕੱਠੇ ਰਹਿਣ ਕਰਕੇ ਤਲਾਕ ਚਾਹੀਦਾ ਜੀ, 300 ਅਰਜ਼ੀਆਂ ਗਈਆਂ ਕੋਰਟ ਦੇ ਵਿੱਚ। ਹਾਂਜੀ, ਚੀਨ ਦੇ ਵਿੱਚ 300 ਅਰਜ਼ੀਆਂ ਕੋਰਟ ਦੇ ਵਿੱਚ ਗਈਆਂ ਤਲਾਕ ਦੀਆਂ ਕਿ ਸਾਨੂੰ ਆਹ ਮਹੀਨਾ, ਡੇਢ ਮਹੀਨਾ, ਦੋ ਮਹੀਨੇ ਇਕੱਠੇ ਰਹਿਣਾ ਪਿਆ, ਅਸੀਂ ਇਕੱਠੇ ਇੰਨੀ ਦੇਰ ਨਹੀਂ ਰਹਿ ਸਕਦੇ ਅਤੇ ਸਾਨੂੰ ਤਲਾਕ ਦਿਓ। ਬਥੇਰੀ ਇਹੋ ਜਿਹੀਆਂ ਗੱਲਾਂ ਹੈਗੀਆਂ ਜੀ, ਤਾਂ ਆਪਾਂ ਇਹਨਾਂ ਵੱਲ ਕੀ ਧਿਆਨ ਦੇਣਾ ਹੈਗਾ, ਠੀਕ ਨਹੀਂ? ਚਲੋ ਚਲੋ, ਅਸੀਂ ਤਾਂ ਆਪਣੇ ਆਪ ਸੋਧ ਰੱਖਣੀ ਆ ਵੀ ਅਸੀਂ ਤਾਂ ਇਸ ਚੀਜ਼ ਦੇ ਉੱਦਾਂ ਹੀ ਖਿਲਾਫ਼ ਹੈ ਤਲਾਕ ਦੇ, ਠੀਕ ਨਹੀਂ ਜੀ? ਬਿਲਕੁਲ ਠੀਕ ਨਹੀਂ। ਹੁਣ ਦੇਖੋ ਨਾ, ਅਸੀਂ ਮਹਾਰਾਜਾ ਦੇ ਹਜ਼ੂਰੀ ਜ਼ਿਲ੍ਹੇ ਆਨੰਦਗੜ੍ਹ 'ਚ ਫੇਰੇ ਲੈ ਲੈਂਦੇ ਹਾਂ, ਸਹੁੰ ਖਾ ਲੈਂਦੇ ਹਾਂ, ਹੁਣ ਉਹਨਾਂ 70 ਸਾਲ ਕੱਢ ਲਏ, ਸਾਨੂੰ ਤਾਂ ਕੁਛ ਨਹੀਂ ਹੋਇਆ। ਇੱਥੇ ਦੇ ਲੋਕੀ ਪਰ ਤੁਹਾਡੀ ਜਾਂ ਤੁਹਾਡੇ ਵਰਗੇ ਪਰਿਵਾਰਾਂ ਦੀ ਅਗਰ ਗੱਲ ਆਪਾਂ ਨਾ ਕਰੀਏ, ਇਹ ਮਹਾਰਾਜ ਦੇ ਹਜ਼ੂਰੀ 'ਚ ਫੇਰੇ ਲੈ ਕੇ ਬਹੁਤ ਸਾਰੇ ਲੋਕ ਇਹ ਪੰਜਾਬ ਦੇ ਵਿੱਚ ਹੈਗੇ ਨੇ, ਬਾਅਦ ਦੇ ਵਿੱਚ ਤਲਾਕ ਲੈਂਦੇ ਨੇ। ਚਲੋ, ਤੁਹਾਡੇ ਵਰਗੇ ਬਹੁਤ ਚੰਗੇ ਪਰਿਵਾਰ ਵੀ ਹੈਗੇ ਨੇ ਜਿਨ੍ਹਾਂ ਨੂੰ ਸੇਧ ਲੈਣੀ ਚਾਹੀਦੀ, ਜਿਨ੍ਹਾਂ ਤੋਂ ਸਾਨੂੰ ਉਹਨਾਂ ਦੀ ਮੈਂ ਗੱਲ ਕਰਦਾ, ਇੱਥੇ ਤਾਂ ਚੰਗੇ ਭਲੇ ਤੇ ਰਹੀ ਜਾਂਦੇ ਆ, ਹੁਣ ਕੀ ਕਿਸੇ ਨੂੰ ਜੱਗੀ ਸਾਹਿਬ ਕਹਿਣਾ, ਇਹ ਤਾਂ ਆਪਣੀ ਗੱਲ ਆਪ ਕਰ ਸਕਦੇ ਹਾਂ ਜੀ। ਚਲੋ, ਸਾਡੇ ਦੇ ਪਰਿਵਾਰ ਤੇ ਮਾਲਾ ਦੀ ਪੂਰੀ ਕਿਰਪਾ ਹੈ ਜੀ। ਹਾਂਜੀ, ਉਹ ਕਹਿੰਦੇ ਜੀ ਜ਼ਿਆਦਾ ਦੇਰ ਇਕੱਠੇ ਰਹਿਣਾ ਪਿਆ, ਜੇ ਹੋਰ ਮਹੀਨਾ ਦੋ ਮਹੀਨੇ ਰਹਿਣਾ ਪਿਆ ਤਾਂ ਤਲਾਕ ਦਿਓ ਸਾਨੂੰ ਕਹਿੰਦੇ। ਅਸੀਂ ਤਾਂ ਜੇ ਪਹਿਲੀ ਗੱਲ ਜੰਗੀ ਸਾਹਿਬ 70 ਸਾਲ 'ਚ ਇੱਕ ਦਿਨ ਵੀ ਨਹੀਂ ਵੱਖਰੇ ਹੋਏ ਰਹੇ ਇਕੱਠੇ ਆ, ਹੁਣ ਭਾਵੇਂ ਬੱਚਿਆਂ ਤੋਂ ਵੱਖਰੇ ਇੰਨੇ 15 ਸਾਲ ਤੋਂ ਅਸੀਂ ਫੇਰ ਇਕੱਠੇ ਹੀ ਰਹਿ ਰਹੇ ਸ਼ੈਟਲ ਦੇ ਵਿੱਚ, ਬੱਚੇ ਸਾਡੇ ਬੜੀ ਬੋਲੀਆਂ ਵਿੱਚ, ਠੀਕ ਬੜੀ ਚੰਗੀ ਗੱਲ ਹੈ ਜੀ, ਪਰਮਾਤਮਾ ਸਭ ਨੂੰ ਇਹੋ ਜਿਹਾ ਮਾਹੌਲ ਬਖਸ਼ੇ।
ਹਾਂ ਮਹਾਰਾਜ ਸਾਰਿਆਂ ਤੇ ਕਿਰਪਾ ਕਰੇ ਤੇ ਕਹਿੰਦੇ ਆ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਕਰੇ। ਹੁਣ ਤਾਂ ਗੱਲ ਕੋਈ ਕਹਿਣ ਦੀ ਰਹਿ ਹੀ ਨਹੀਂ ਕਿਸੇ ਕੇ। ਹੁਣ ਜਿਹੜਾ ਤੁਸੀਂ ਮੁੱਦੇ 'ਚ ਪ੍ਰੋਗਰਾਮ ਦੱਸਿਆ ਕੋਈ ਉਹ ਗੱਲ ਹੈ ਜਿਹੜਾ 'ਚ ਅੱਜ ਜੋ ਦੱਸਿਆ ਪ੍ਰੋਗਰਾਮ ਵੀ 400 ਸੈਂਟਰ ਖੁੱਲ ਗਏ ਆ ਜਿਹਨਾਂ ਦੇ ਬੱਚੇ ਹੀ ਆਪਣੇ, ਦੱਸੋ ਕਿੱਧਰ ਜਾਣੀ, ਕਿੱਧਰ ਜਾਓ, ਕਿੱਧਰ ਜਾਓ। ਹੁਣ ਕੀ ਆਪਾਂ ਜੱਗੀ ਸਾਹਿਬ ਕਿਹਨੂੰ ਕਿਹਨੂੰ ਮੱਤ ਦੇਣੀ ਆ ਮਹਾਰਾਜ ਜੀ, ਮਿਹਰਬਾਨੀ ਆ ਬਖਸ਼ ਮਿਹਰਬਾਨੀ ਜੀ ਤੁਹਾਡੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰ, ਕੀ ਹਾਲ ਚਾਲ? ਜੀ ਜੀ ਸਰਦਾਰ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਕਿੱਦਾਂ? ਬਸ ਜੀ ਚੱਲੀ ਜਾਂਦਾ ਹੈ, ਪੜ੍ਹੀ ਜਾਂਦੇ ਖਬਰਾਂ, ਦੇਖੀ ਜਾਂਦੇ ਹਾਂ ਪੈਸੇ। ਇੰਡੀਆ ਦੇ ਵਿੱਚ ਕਾਫੀ ਘੱਟ ਹੈਗਾ। ਇੰਡੀਆ ਦੇ ਵਿੱਚ ਹਜੇ ਡੈਥ ਕੋਈ ਨਹੀਂ ਹੋਈ ਕਰੋਨਾ ਦੇ ਨਾਲ। ਪਾਕਿਸਤਾਨ ਦੇ ਵਿੱਚ ਪਹਿਲੀ ਡੈਥ ਹੋਈ, ਅਗਰ ਏਸ਼ੀਆ ਦੀ ਗੱਲ ਕਰੀਏ ਤਾਂ। ਇਹਨੂੰ ਸਾਂਭਿਆ ਜਾ ਸਕਦਾ, ਪਿੰਡਾਂ ਦੇ ਵਿੱਚ ਕੋਈ ਨਹੀਂ ਆਉਂਦਾ ਜਾਂਦਾ ਅਤੇ ਪਿੰਡਾਂ ਵਾਲੇ ਲੋਕਾਂ ਨੂੰ ਕੋਈ ਉਹਦਾ ਬਾਹਲਾ ਫਰਕ ਨਹੀਂ ਹੈਗਾ ਜੀ। ਹਾਂਜੀ, ਤੁਸੀਂ ਆਪਾਂ ਅੱਜ ਦੇ ਵਿਸ਼ੇ ਦੀ ਜੇ ਗੱਲ ਕਰੀਏ ਤਾਂ ਤਲਾਕ ਦਾ ਇੱਕ ਇਹ ਵੀ ਕਾਰਨ ਨਵਾਂ ਸਾਹਮਣੇ ਆਇਆ ਜੀ ਵੀ ਸਾਨੂੰ ਇਕੱਠੇ ਰਹਿਣਾ ਔਖਾ, ਅਤੇ ਇੰਨੀ ਦੇਰ ਅਸੀਂ ਅੰਦਰ ਬੰਦ ਰਹੇ ਹਾਂ ਕਮਰਿਆਂ 'ਚ, ਹਸਬੈਂਡ ਵਾਈਫ, ਅਤੇ ਸਾਨੂੰ ਹੁਣ ਤਲਾਕ ਦੇ ਦਿਓ। 300 ਐਪਲੀਕੇਸ਼ਨ ਗਈਆਂ ਨੇ, ਇਹ ਅੰਕੜੇ ਨੇ, ਕੀ ਕਹਿਣਾ ਚਾਹੁੰਦੇ? ਕਰੋਨਾ ਕਰਕੇ ਇਕੱਠੇ ਰਹਿਣਾ ਪਿਆ ਹਸਬੈਂਡ ਵਾਈਫ ਨੂੰ, ਘਰ ਦੇ ਵਿੱਚ ਬਾਹਰ ਨਹੀਂ ਨਿਕਲ ਸਕੇ, ਅਤੇ ਉਦੋਂ ਬਾਅਦ 300 ਐਪਲੀਕੇਸ਼ਨ ਕੋਰਟ ਦੇ ਵਿੱਚ ਗਈਆਂ ਵੀ ਸਾਨੂੰ ਤਲਾਕ ਚਾਹੀਦਾ, ਇੰਨਾ ਨਹੀਂ ਅਸੀਂ ਇਕੱਠੇ ਰਹਿ ਸਕਦੇ। ਜੀ ਪਰ ਨਹੀਂ, ਪਰ ਇਹ ਵਾਇਰਸ ਜਿਹੜਾ ਹੈਗਾ ਫਲੂ ਹੋਰ ਚੀਜ਼ ਹੈ, ਇਹ ਵਾਇਰਸ ਦਾ ਜਿਹੜਾ ਹੈਗਾ ਹੁਣ ਇਹ ਬਿਲਕੁਲ ਵੱਖਰਾ ਹੈਗਾ, ਇਹਦਾ ਵਾਕਈ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਚਲੋ ਅਸੀਂ ਤਾਂ ਛੱਡ ਲਿਆ ਸਭ ਕੁਛ ਜੋ ਸਾਡੇ ਗੁਰੂਆਂ ਨੇ ਸਿਪਾਹੀ ਦਾ ਕਲਾਮ, ਹੁਣ ਕਹਿੰਦੇ ਜੀ ਬਾਲ ਰੱਖ ਲੈ ਫਲਾਣੇ ਨੇ, ਰੱਖ ਥੋੜਾ ਲਾਇਆ, ਮੁੰਡੇ ਨੂੰ ਹਟ ਗਿਆ, ਬਾਲ ਤਾਂ ਪਹਿਲਾਂ ਹੀ ਆ, ਰੱਖ ਕਿੱਦਾਂ ਲਾਇਆ ਹੁਣ, ਰੱਖ ਕੇ ਜੋ ਜੋੜਿਆ ਉੱਪਰ ਉਹ ਤਾਂ ਬਾਲ ਤਾਂ ਪਹਿਲਾਂ ਹੀ ਆ, ਉਹ ਤਾਂ ਰੱਖੇ ਨੀ ਅਸੀਂ, ਉਹ ਕੱਢਣੋਂ ਹਟ ਗਿਆ ਸੀ, ਉਹ ਬਾਲ। ਠੀਕ ਹੈ ਜੀ, ਬਿਲਕੁਲ ਅੰਜਾਨ ਸਾਹਿਬ ਦੀ ਗੱਲ ਸਹੀ ਸੀ, ਗੱਲਾਂ ਸੀ ਅਸੀਂ ਛੱਡ ਗਏ ਆ ਜੀ। ਚਲੋ ਮਿਹਰਬਾਨੀ ਬਹੁਤ ਤੁਹਾਡੀ, ਹਾਂਜੀ ਧੰਨਵਾਦ, ਬਹੁਤ ਮਿਹਰਬਾਨੀ। ਬਿਲਕੁਲ ਅੰਜਾਨ ਸਾਹਿਬ ਦੀ ਗੱਲ ਕਹੀ ਹੈ ਕਿ ਸਹੀ ਸੀ ਸਭ ਦੀ ਗੱਲ, ਜਿਹੜੇ ਹੁਣ ਸਿਆਣੇ ਪ੍ਰਚਾਰਕ ਉਹ ਵੀ ਇਹੀ ਗੱਲ ਕਰਦੇ ਨੇ ਕਿ ਆਪਾਂ ਗੁਰੂ ਪੂਜਿਓ ਗ੍ਰੰਥ ਬਣਾ ਤਾ, ਗੁਰੂ ਮਾਨਿਓ ਗ੍ਰੰਥ ਜੋ ਕਿਹਾ ਗਿਆ ਸਾਡੇ ਗੁਰੂ ਸਾਹਿਬ ਉਹ ਨਹੀਂ ਹੈਗਾ, ਮੰਨਦੇ ਨਹੀਂ ਹੈਗੇ ਉਹਨਾਂ ਦੀ ਗੱਲ, ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਜਿਹੜੀ ਉਹਨਾਂ ਦੀ ਗੱਲ ਕਹੀ ਆ ਉਹ ਨਹੀਂ ਮੰਨਦੇ। ਚਲੋ ਫਿਲਹਾਲ ਬ੍ਰੇਕ ਲੈਂਦੇ ਹਾਂ, ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬਾਅਦ ਹਾਜ਼ਰ ਹੈ ਜੀ, ਅਤੇ ਗੱਲਬਾਤ ਤਾਂ ਚੱਲ ਰਹੀ ਹੈ, ਬੜਾ ਅਜੀਬ ਜਿਹਾ ਵਿਸ਼ਾ ਅੱਜ ਪੱਲੇ ਪਿਆ ਮੇਰੇ। ਉਹ ਵੀ ਇੱਕ ਖਬਰ ਮੈਂ ਜਦੋਂ ਦੇਖੀ, ਪੜ੍ਹੀ, ਸੁਣੀ, ਦੇਖੀ ਅਖਬਾਰਾਂ ਦੇ ਵਿੱਚ ਵੀ ਕਿ ਚੀਨ ਦੇ ਵਿੱਚ 300 ਅਰਜ਼ੀਆਂ ਰੀਸੈਂਟਲੀ ਕੋਰਟ ਦੇ ਵਿੱਚ ਗਈਆਂ ਵੀ ਸਾਨੂੰ ਤਲਾਕ ਚਾਹੀਦਾ। ਕਾਰਨ ਇਹ ਹੈ ਵੀ ਸਾਡੇ ਘਰ ਇਕੱਠੇ ਰਹਿਣ ਦੇ ਨਾਲ ਲੜਾਈ ਇੰਨੀ ਵੱਧ ਗਈ, ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਇਕੱਠੇ ਰਹਿਣ ਨਾਲ ਲੜਾਈ ਵੱਧ ਗਈ, ਤਲਾਕ ਤੱਕ ਨੌਬਤ ਪਹੁੰਚ ਗਈ ਆ। ਉਹ ਇਹ ਨਹੀਂ ਕਹਿੰਦੇ ਵੀ ਅਸੀਂ ਗਾਂਹ ਵੀ ਇਕੱਠੇ ਰਹਿਣਾ ਨਹੀਂ ਚਾਹੁੰਦੇ, ਉਹ ਕਹਿੰਦੇ ਵੀ ਜੋ ਹੋ ਗਿਆ ਮਹੀਨੇ ਡੇਢ ਮਹੀਨੇ ਦੇ ਵਿੱਚ, ਉਹ ਅਸੀਂ ਇੰਨਾ ਕੁ ਦੁਖੀ ਹੋ ਗਏ ਇੱਕ ਦੂਜੇ ਤੋਂ, ਸਾਨੂੰ ਹੁਣ ਤਲਾਕ ਚਾਹੀਦਾ ਹੀ ਚਾਹੀਦਾ। ਬੜਾ ਵੱਖਰੀ ਤਰ੍ਹਾਂ ਦੀ ਗੱਲਬਾਤ ਹੈਗੀ ਹੈ, ਤਲਾਕ ਦਾ ਵੱਖਰੀ ਤਰ੍ਹਾਂ ਦਾ ਰੀਜ਼ਨ ਹੈਗਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ ਫਿਰ ਤੋਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਰਾਜਕੁਮਾਰ ਸਾਹਿਬ ਜੀ। ਜਨਾਬ ਜੀ, ਜਨਾਬ ਅੱਜ ਤਾਂ ਮਜ਼ਾ ਆ ਗਿਆ ਆਪਣੇ ਅਨਜਾਨ ਸਾਹਿਬ ਦਾ ਪ੍ਰੋਗਰਾਮ ਸੁਣ ਕੇ। ਦੇਖੋ ਜੀ, ਮੈਂ ਕਹਿੰਦਾ ਜੀ ਬਿਲਕੁਲ ਉਹਨੇ ਇੱਕ ਇੱਕ ਲਫ਼ਜ਼ ਜਿਹੜਾ ਸੀ ਉਹਨਾਂ ਦਾ ਜੀ, ਬਹੁਤ ਬਹੁਤ ਹੀ ਪਿਆਰੇ ਪਿਆਰੇ ਅਲਫਾਜ਼ ਸੀ, ਅਤੇ ਦੂਜਾ ਹਰ ਇੱਕ ਗਿਆਨਵਰਧਕ ਸੀ। ਹਾਂ ਦੇਖੋ ਜੀ, ਅਗਰ ਗੱਲ ਉਹੀ ਆ ਗਈ ਵੀ ਅਸੀਂ ਤਾਂ ਇੱਕ ਇੱਕ ਅੱਖਰ 'ਤੇ ਜੇ ਅਮਲ ਸ਼ੁਰੂ ਕਰ ਦਈਏ ਤਾਂ ਉਹੀ ਸਾਨੂੰ ਕਿਤੇ ਨਾ ਕਿਤੇ ਪਹੁੰਚਾ ਸਕਦਾ। ਅਸੀਂ ਮਤਲਬ ਗੱਲ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਪਰ ਉਹਨਾਂ ਦੀ ਨਹੀਂ ਮੰਨਦੇ।
ਬਿਲਕੁਲ ਜੀ, ਉਹ ਅਸੀਂ ਉੱਥੇ ਅਸਰ ਨਹੀਂ ਕਰਦੇ, ਅਸੀਂ ਕਰਦੇ ਹਾਂ ਮਨ ਮਰਜ਼ੀ ਜੀ, ਆਪਣੇ ਆਪਣੇ ਮਨ 'ਚ ਆਈਆਂ ਕਰਦੇ ਹਾਂ ਅਸੀਂ ਜੀ ਆਪਣਾ। ਅਸੀਂ ਉਹਨਾਂ ਨੇ ਵੀ ਕਿਹਾ ਹੈ, ਹਾਂਜੀ ਹਾਂਜੀ ਬੋਲੋ, ਉਹਨਾਂ ਨੇ ਬਹੁਤ ਸੋਹਣੇ ਕਿਹਾ ਕਿ ਵਿਆਪਨ ਸਭੇ ਰੋਗ, ਬਿਲਕੁਲ ਜੀ ਗੁਰਮੁਖ ਕੋਲ ਪਾਣੀ ਦੇ ਪੁਲਿਆਂ ਸਾਨੂੰ ਵਿਆਪਨ ਵਿਆਪਨ ਸਮੇਂ ਆਪਣੇ ਆਪ ਜਿਹੇ ਲੋਕ ਪ੍ਰਗਟ ਹੋ ਜਾਂਦੇ ਆ ਜੀ 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 ਸਾਡੇ ਪਾਪਾ ਨੂੰ ਜੀਦਾ ਜੀ ਜੀ। ਆਪਾਂ ਰਾਜਕੁਮਾਰ ਜੀ ਕੀ ਕਹਿਣਾ ਚਾਹੁੰਦੇ ਹਾਂ ਇਸ ਵਿਸ਼ੇ 'ਤੇ ਵੀ ਜਿਹੜੀ ਆਪਾਂ ਗੱਲ ਕੀਤੀ, ਚੀਨ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਗੱਲ ਆਈ ਹੈ ਵੀ ਲੜਾਈਆਂ ਵੱਧ ਗਈਆਂ ਘਰਾਂ ਦੇ ਵਿੱਚ ਰਹਿਣ ਕਰਕੇ, ਹਸਬੈਂਡ ਵਾਈਫ ਨੂੰ ਘਰਾਂ 'ਚ ਰਹਿਣਾ ਪਿਆ, ਔਰ ਕਈ ਜਿਹੜੇ ਬਹਾਨੇ ਮਾਰ ਕੇ ਜਾਂਦੇ ਸੀ ਘਰੋਂ, ਮੈਂ ਫਲਾਣੇ ਦੋਸਤ ਕੋਲ ਚੱਲਿਆ ਅਤੇ ਉਹ ਵੀ ਜਾ ਨਹੀਂ ਸਕੇ, ਅਤੇ ਇਹਦੇ ਨਾਲ ਲੜਾਈਆਂ ਵਧੀਆਂ ਨੇ, ਲੜਾਈਆਂ ਵਧਣ ਕਰਕੇ ਤਲਾਕਾਂ ਦੀ ਰੇਸ਼ੋ ਜਿਹੜੀ ਆ ਚੀਨ 'ਚ ਵਧੀ ਆ, ਕੀ ਕਹਿਣਾ ਚਾਹੁੰਦੇ ਹੋ? ਗੱਲ ਆ ਜੀ, ਜੇ ਉਹਨਾਂ ਨੇ ਚਮਗਿੱਦੜ ਖਾ ਕੇ ਅਤੇ ਸੂਪ ਪੀਣੇ ਆ, ਚਮਗਿੱਦੜ ਖਾਣੇ ਆ ਸੂਪ ਪੀਣੇ ਆ, ਅਤੇ ਉਹ ਸਰੀਰ ਨਾਲ ਚਿੰਬੜਿਆ ਨਹੀਂ ਰਹਿੰਦਾ ਹੁੰਦਾ ਚਮਗਿੱਦੜ, ਉਹਦੇ ਪਿੰਡਾਂ ਵਿੱਚ ਮਾਰੇ ਬੜੇ, ਅਤੇ ਉਹ ਬੜਾ ਬੁਰਾ ਬੁਰੀ ਹਾਲਤ ਹੁੰਦੀ ਸੀ ਉਹਨਾਂ ਦੀ ਮਾਰਦੇ, ਅਤੇ ਉਹ ਗੱਲ ਆ ਵੀ ਚਮਗਿੱਦੜ ਇੱਦਾਂ ਦਾ ਜਾਨਵਰ ਆ ਵੀ ਉਹ ਲਹਿੰਦਾ ਨਹੀਂ, ਨਹੀਂ ਮਤਲਬ ਸਵਾਲ ਇਹ ਸੀ ਵੀ ਕੀ ਹਸਬੈਂਡ ਵਾਈਫ ਦੇ ਇਕੱਠੇ ਰਹਿਣ ਡੇਟ, ਜਦੋਂ ਅਗਰ ਤਾਂ ਦੋਨੋਂ ਜੋਬ ਕਰਦੇ ਸ਼ਾਮ ਨੂੰ ਮਿਲਦੇ, ਲੜਾਈ ਦੇ ਚਾਂਸ ਘੱਟ ਨੇ, ਅਗਰ ਇਕੱਠੇ ਰਹਿਣਾ ਪੈਂਦਾ ਤਾਂ ਕੋਈ ਕਿਸੇ ਨਾ ਕਿਸੇ ਗੱਲ 'ਤੇ ਮੇਰੇ ਖਿਆਲ ਲੜਾਈ ਹੋ ਜਾਂਦੀ ਆ, ਸ਼ਾਇਦ ਮੈਂ ਕਹਿੰਦਾ ਇਹ ਸੱਚਾਈ ਹੋਏਗੀ ਇਹਦੇ 'ਚ, ਇਕੱਠੇ ਰਹਿਣ ਦੇ ਕਈ ਗੱਲਾਂ ਹੋ ਜਾਂਦੀਆਂ ਜੀ, ਕਈ ਗੱਲਾਂ ਜਿਹੜੀਆਂ ਨਹੀਂ ਕਰਦੀਆਂ ਹੁੰਦੀਆਂ ਉਹ ਵੀ ਹੋ ਜਾਂਦੀਆਂ, ਹਾਂ ਤੇ ਉਹ ਇਸ ਕਰਕੇ ਲੜਾਈ ਦਾ ਕਾਰਨ ਬਣ ਜਾਂਦੀਆਂ ਉਹ ਵੀ ਗੱਲਾਂ, ਹੈ ਨਾ ਜੀ ਬਿਲਕੁਲ ਬਿਲਕੁਲ, ਤੇ ਇਹਨਾਂ ਤੋਂ ਹਰ ਇੱਕ ਚੀਜ਼ ਦਿਮਟੋ ਚੰਗੀ ਲੱਗਦੀ ਆ। ਚਲੋ ਜੀ, ਪੰਜਾਬੀਆਂ ਦੇ ਮੇਰੇ ਖਿਆਲ ਨਹੀਂ ਅਜੇ ਨੌਬਤ ਆਈ, ਕਿਉਂਕਿ ਪੰਜਾਬੀ ਤਾਂ ਜਿਹੜੇ ਵੀ ਹੈਗੇ ਨੇ ਕਿਤੇ ਵੀ ਕੰਮ ਕਰਦੇ ਜਾਂਦੇ ਨੇ, ਤਕਰੀਬਨ ਜਾਈ ਜਾਂਦੇ ਨੇ, ਜਾਂ ਫਿਰ ਘਰ ਤੋਂ ਕੰਮ ਕਰ ਰਹੇ ਨੇ, ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਪੰਜਾਬੀ ਸਾਡੇ ਉਹ ਘਰਾਂ ਤੋਂ ਕੰਮ ਕਰ ਰਹੇ ਨੇ, ਇਹਦਾ ਮਤਲਬ ਵੀ ਕਮਰੇ ਦੇ ਇੱਕ ਵਿੱਚ ਆਫਿਸ ਊਫਿਸ ਬਣਾਇਆ ਹੋਣਾ ਘੱਟੋ ਘੱਟ, ਉੱਥੇ ਚਾਹੇ ਕੰਮ ਕਰ ਰਹੇ ਨੇ ਚਾਹੇ ਕੰਮ ਕਰ ਰਹੇ ਨੇ ਚਾਹੇ ਕੀ ਕਰ ਰਹੇ ਨੇ, ਅਤੇ ਲੇਕਿਨ ਵਾਈਫ ਨੂੰ ਤਾਂ ਇਹ ਵੀ ਕੰਮ ਕਰ ਰਹੇ ਘਰੇ ਬੈਠੇ, ਇਹਨੂੰ ਡਿਸਟਰਬ ਨਾ ਕਰਾਂ, ਹੁਣ ਚੀਨੇ ਜਮ੍ਹਾਂ ਹੀ ਵਿਹਲੇ ਹੋ ਗਏ ਅਤੇ ਉਹਨੂੰ ਫਿਰ ਲੜਨ ਲੱਗ ਪਿਆ ਉਸ ਵਿੱਚ। ਚਲੋ ਛੱਡੋ ਜੀ, ਛੱਡੋ ਛੱਡੋ, ਹਾਂ ਮਤਲਬ ਪੰਜਾਬੀਆਂ ਦੇ ਵਿੱਚ ਇਹ ਚੀਜ਼ ਨਾ ਹੀ ਆਵੇ, ਪੰਜਾਬੀਆਂ ਦੇ ਵਿੱਚ ਵੀ ਗੱਲਾਂ ਨਿਕਲ ਜਾਂਦੀਆਂ ਮੂੰਹ ਚੋਂ, ਬਿਲਕੁਲ ਨਹੀਂ ਮੈਂ ਨਹੀਂ ਕਰਨੀ, ਹੈ ਨਾ, ਮਿਹਰਬਾਨੀ। ਅੱਜ ਦਾ ਅੱਜ ਦਾ ਮੁੱਦਾ ਉਹਨਾਂ ਨੂੰ ਕਹਿ ਦਿਓ, ਸੁਰਿੰਦਰ ਸਿੰਘ ਉਹਨਾਂ ਨੂੰ ਕਹਿ ਦਿਓ, ਮੁੱਦਾ ਬਹੁਤ ਵਧੀਆ ਸੀ ਜੀ, ਮੇਰੀ ਕਾਲ 2 ਵਾਰੀ ਨਾ ਲਾਈ, ਪਰ ਉੱਥੇ ਕੋਈ ਜ਼ਿੰਮੇਵਾਰ ਬੰਦਾ ਬਿਠਾਉਣ, ਜੇ ਜ਼ਿੰਮੇਵਾਰ ਬੰਦਾ ਨਹੀਂ ਬਿਠਾਉਣਾ ਤੇ ਮੈਂ ਕਾਲ ਕਰਨੀ ਉੱਥੇ ਛੱਡ ਦੇਣੀ ਆ। ਨਹੀਂ ਨਹੀਂ ਜ਼ਿੰਮੇਵਾਰੀ ਬੰਦਾ ਕਈ ਵਾਰੀ ਟੈਕਨੀਕਲੀ ਥੋੜ੍ਹਾ ਜਿਹਾ ਹੋ ਜਾਂਦਾ, ਅਦਰਵਾਈਜ਼ ਸਾਡੀ ਕੋਸ਼ਿਸ਼ ਪੂਰੀ ਹੈ, ਸਾਨੂੰ ਸਟਾਰਟਿੰਗ ਦੇ ਵਿੱਚ ਪਤਾ ਲੱਗ ਗਿਆ ਸੀ, ਫਿਰ ਅਸੀਂ ਉਹਦਾ ਹੱਲ ਲੱਭ ਲਿਆ ਸੀ, ਫਿਰ ਕਾਲਾਂ ਕਈ ਵਾਰੀ ਜ਼ਿਆਦਾ ਹੁੰਦੀਆਂ ਤਾਂ ਉਹ ਟ੍ਰਾਂਸਫਰ ਕਰਨੀ। ਮੈਂ ਕਹਿੰਦਾ ਮੈਂ 2 ਵਾਰੀ ਕਾਲ ਲਾਈ, ਨਹੀਂ 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 ਤੁਸੀਂ ਕਾਲ ਕਰਦੇ ਰਹਿਣਾ, ਤੁਸੀਂ ਕਾਲ ਕਿ ਮੈਂ ਕਾਲ ਕਰਦੇ ਰਹਿਣਾ, ਬਹੁਤ ਹੀ ਬਹੁਤ ਪਛਾਇਆ, ਮੈਂ ਕਿਹਾ ਮੈਂ ਇੰਨੇ ਪੈਸੇ ਖਰਚੇ ਟੀਵੀ ਟੀਵੀ ਜਸ ਪੰਜਾਬੀ ਤੁਹਾਡੇ ਸਭ ਕਰਕੇ ਹੀ ਹੈ, ਤੁਹਾਡੇ ਸਭ ਦੇ ਆਸ਼ੀਰਵਾਦ ਕਰਕੇ ਹੀ ਹੈ, ਬਹੁਤ ਮਿਹਰਬਾਨੀ, ਕਾਲ ਕਰਦੇ ਰਿਹਾ ਕਰੋ, ਵਧੀਆ ਲੱਗਦਾ, ਬਹੁਤ ਮਿਹਰਬਾਨੀ ਤੁਹਾਡੀ ਜੀ। ਗੱਲਬਾਤ ਜਿਹੜੀ ਹੈਗੀ ਇਹ ਚੱਲ ਰਹੀ ਹੈ, ਔਰ ਐਸੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਦੀ ਕਾਲ ਨਹੀਂ ਲੈਣਾ ਚਾਹੁੰਦੇ, ਸਾਰੀ ਜਿੰਨੀਆਂ ਵੀ ਕਾਲਾਂ ਆਉਂਦੀਆਂ ਨੇ ਉਹ ਸਾਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਇਹ ਹੈ ਹੀ ਕਾਲਿੰਗ ਇਸ਼ੂ, ਅਤੇ ਕਾਲਾਂ ਦੇ ਡਿਪੈਂਡੈਂਟ ਹੈਗਾ ਉਹ ਵੱਖਰੀ ਗੱਲ ਆ, ਵੀ ਅਸੀਂ ਥੋੜ੍ਹਾ ਜਿਹਾ ਪਹਿਲਾਂ ਆਪਣੀ ਗੱਲਬਾਤ ਕਰ ਲੈਂਦੇ ਹਾਂ, ਸੁਰਿੰਦਰ ਸਿੰਘ ਹੋ ਗਿਆ ਜਾਂ ਮੈਂ ਹੋ ਗਿਆ, ਨਹੀਂ ਤਾਂ ਅਦਰਵਾਈਜ਼ ਜਿਹੜੇ ਬਾਕੀ ਹੋਰ ਲੋਕ ਕਰਦੇ ਨੇ ਲਾਈਵ ਸ਼ੋ, ਉਹ ਤਾਂ 3 ਮਿੰਟ ਬਾਅਦ ਕਹਿੰਦੇ ਨੇ ਜੀ ਕਾਲ ਕਰੋ, 3 ਮਿੰਟ ਬਾਅਦ ਕਾਲ ਲੈ ਕੇ ਸ਼ੁਰੂ ਹੋ ਜਾਂਦੇ, ਸਗੋਂ ਇਹ ਸ਼ੋ ਜਿਹੜੇ ਤੁਹਾਡੇ ਕਰਕੇ ਚੱਲਦੇ ਨੇ, ਕਾਲ ਕਰਦੇ ਰਿਹਾ ਕਰੋ, ਬਹੁਤ ਵਧੀਆ ਲੱਗਦਾ। ਨਾਲ ਦੇ ਨਾਲ ਇੱਕ ਮੈਨੂੰ ਗੱਲ ਹੋਰ ਚੇਤੇ ਆ ਗਈ, ਚਲੋ ਕਰੋਨਾ ਨਾਲ ਹੀ ਸੰਬੰਧ ਸੀਗੀ, ਜਿਹੜੀ ਕੋਈ ਥੋੜ੍ਹੀ ਜਿਹੀ ਫਨੀ ਮੈਨੂੰ ਲੱਗੀ, ਮੈਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਬਿਲਕੁਲ ਥੋੜ੍ਹਾ ਜਿਹਾ ਸਮਾਂ ਹੈਗਾ, ਇੱਕ ਅੱਧੀ ਕਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਕੀ ਵਿਚਾਰ ਨੇ ਤੁਹਾਡੇ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਗੁਰਦੀਪ ਸੰਦਰ ਜੀ, ਸੰਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਥੋੜ੍ਹਾ ਸਮਾਂ, ਕੀ ਕਹਿਣਾ ਚਾਹੁੰਦੇ? ਬਸ ਇੱਕ ਸੈਕਿੰਡ, ਘੜੇ ਨੇ ਕਿਹਾ ਮੈਂ ਕਦੇ ਵੀ ਗਰਮ ਨਹੀਂ ਹੁੰਦਾ, ਮੈਨੂੰ ਪਤਾ ਹੈ ਮਿੱਟੀ ਆ ਤੇ ਮਿੱਟੀ ਵਿੱਚ ਹੀ ਜਾਣਾ ਹੈ। ਵਾਹ ਜੀ ਵਾਹ। ਸੋ ਇਹ ਜਿਹਨੇ ਦੇਸ਼ਾਂ ਦੇ ਵਿੱਚ ਜ਼ਿਆਦਾ ਹੋ ਰਿਹਾ, ਇੱਥੇ ਮਤਲਬ ਉਹਨਾਂ ਦਾ ਉਹਨਾਂ ਚ ਅਹੰਕਾਰ ਹੈ, ਨਮਰਤਾ ਘਟ ਗਈ ਹੈ, ਸਾਡੇ ਪੰਜਾਬੀਆਂ ਚ ਨਮਰਤਾ ਹੈਗੀ ਆ, ਆਪਣੇ ਹਿੰਦੁਸਤਾਨੀਆਂ ਚ ਹੈਗੀ ਆ, ਪਰ ਹੋ ਸਕਦਾ ਉਹਨਾਂ ਚ ਨਮਰਤਾ ਦੀ ਘਾਟ ਹੈ ਜੀ, ਬਿਲਕੁਲ। ਸੋ ਉਹ ਬੜੇ ਨਾ ਕਹਿੰਦੇ, ਬੜੇ ਨਾ ਬਣੋ, ਬੜਪਨ ਬੜਾ ਬਣਾਓ ਜੀ, ਬਿਲਕੁਲ ਬਿਲਕੁਲ, ਜਿੰਨੇ ਵੀ ਬੜੇ ਬਣ ਜਾਓ ਪਰ ਇਨਸਾਨ ਤੋਂ ਵੱਡਾ ਨਾ ਬਣੋ। ਹੁਣ ਉਂਗਲੀਆਂ ਜੇ ਆਪਾਂ ਖੜੀਆਂ ਰੱਖਾਂਗੇ
ਤੇ ਉਹ ਆਕੜੀਆਂ ਨਜ਼ਰ ਆਉਂਦੀਆਂ, ਜੇ ਅਸੀਂ ਮੁੱਠੀ ਬੰਦ ਕਰ ਲਈਏ ਤੇ ਪੰਜੋ ਬਰਾਬਰ ਨਜ਼ਰ ਆਉਂਦੀਆਂ ਜੀ ਬਿਲਕੁਲ। ਇਸ ਲਈ ਆਕੜ ਕੇ ਨਹੀਂ, ਨਿਮਰਤਾ ਵਿੱਚ ਜਿੱਦਾਂ ਮੁੱਠੀ ਬੰਦ ਹੈ ਏਦਾਂ ਰਹਾਂਗੇ, ਗੁੱਸਾ ਨਹੀਂ ਕਰਾਂਗੇ, ਗੁੱਸਾ ਮਨ ਨਾ ਹਟਾਏ। ਤੇ ਆਪਾਂ ਜੇ ਦਰਖਤ ਨੂੰ ਫਲ ਲੱਗਦੇ ਆ ਤਾਂ ਦਰਖਤ ਝੁਕਦਾ ਆ, ਜਿੰਨੇ ਵੱਡੇ ਬਣ ਜਾਓ ਓਨੇ ਜ਼ਿਆਦਾ ਝੁਕਣਾ ਸ਼ੁਰੂ ਕਰੋਗੇ, ਤਾਂ ਤੁਹਾਡੀਆਂ ਬਰਕਤਾਂ ਤੇ ਬਰਕਤਾਂ ਪੈਣਗੀਆਂ। ਥੈਂਕ ਯੂ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਖਤਮ ਹੋ ਚੁੱਕਾ, ਤਕਰੀਬਨ ਨਹੀਂ ਖਤਮ ਹੋ ਚੁੱਕਾ, ਪਰ ਮੈਂ ਸਮਾਪਤ ਕਰਨ ਤੋਂ ਪਹਿਲਾਂ ਜ਼ਰੂਰ ਦੱਸ ਦੇਣੀ ਚਾਹੁੰਦਾ, ਨਿਊਯਾਰਕ ਦੀ ਗੱਲ ਹੈ, ਕਰੋਨਾ ਵਾਇਰਸ ਦਾ ਕਿੰਨਾ ਪ੍ਰਭਾਵ ਹੈਗਾ, ਸਾਰਾ ਕੁਝ ਖਾਲੀ ਪਿਆ, ਟ੍ਰੇਨਾਂ ਬੱਸਾਂ, ਮੈਨੂੰ ਪਤਾ। ਸਾਡੇ ਉੱਥੇ ਹੈਗੇ ਰਿਸ਼ਤੇਦਾਰ, ਉਹ ਬੱਸ ਦੇ ਵਿੱਚ ਲੇਡੀ ਹੈਗੀ, ਬੱਸ ਦੇ ਵਿੱਚ ਬੈਠੀ ਜਾ ਗਈ ਕਿਤੇ ਨਿਊਯਾਰਕ ਦੇ ਵਿੱਚ, ਅਤੇ ਵਿੱਚੋਂ ਉਹਨਾਂ ਦੀ ਬੇਟੀ ਦਾ ਵਾਰ ਵਾਰ ਉਹਨਾਂ ਨੂੰ ਫੋਨ ਆਈ ਗਿਆ ਵੀ ਮੰਮੀ ਕਿਸੇ ਦੇ ਨਾਲ ਸੀਟ ਨਾ ਲਿਓ, ਮੰਮੀ ਕਿਸੇ ਦੇ ਨਾਲ ਨਾ ਬੈਠਿਓ। ਜੋ ਦੋ ਤਿੰਨ ਵਾਰੀ ਫੋਨ ਆਇਆ ਤਾਂ ਫਿਰ ਉਹਨੇ ਲੇਡੀ ਨੂੰ ਗੱਲ ਉਹਨੇ ਕਹੀ ਬੜੀ ਵਧੀਆ, ਮੈਨੂੰ ਬੜਾ ਹਾਸਾ ਆਇਆ, ਕਹਿੰਦੀ ਵੀ ਹੁਣ ਬੱਸ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ, ਮੈਂ ਕਿੱਦਾਂ ਬਹਿਣਾ, ਹੁਣ ਡਰਾਈਵਰ ਹੀ ਆ ਇਕੱਲਾ, ਜੇ ਤੂੰ ਕਵੇਂ ਤਾਂ ਮੈਂ ਉਹਨੂੰ ਵੀ ਕਹਿੰਦੀ ਭਾਈ ਥੱਲੇ ਉੱਤਰ ਜਾ, ਮੈਂ ਬੱਸ ਚਲਾ ਲੈਂਦੀ ਹਾਂ। ਸੋ ਇਹ ਆਮ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਔਖਿਆਈ ਦੇ ਵਿੱਚ ਵੀ ਸਾਡੇ ਨਾਲ ਚੱਲਦੀਆਂ ਨੇ, ਅਚਾਨਕ ਗੱਲ ਜਿਹੜੀ ਨਿਕਲ ਜਾਂਦੀ ਹੈ, ਕਈ ਵਾਰੀ ਇਸ ਤਰ੍ਹਾਂ ਵਧੀਆ ਲੱਗਦੀ ਆ। ਸੋ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਨਾਲ ਸਾਡਾ ਵਟਸਐਪ ਨੰਬਰ, ਅਤੇ ਉਸ ਤੋਂ ਇਲਾਵਾ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ। ਕੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ, ਕੋਈ ਪ੍ਰੋਗਰਾਮ ਹੈ, ਕੋਈ ਐਡ ਹੈ, ਕੋਈ ਸੌਂਗ ਹੈ, ਕੋਈ ਸਮਾਗਮ ਹੈ, ਤਾਂ ਜ਼ਰੂਰ ਕਾਲ ਕਰੋ 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।